ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਐਪੀਸੀ ਮੇਜਾਪੀ ਲਾਈਵ ਮੈਂ ਵੀਡੀਓ ਲੈ ਕੇ ਆਇਆ ਜਿੱਦੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਅੱਜ ਚਿਕੂਜੀ ਮੈਚ ਦਾ ਪਹਿਲਾ ਪਾਰਟ ਸਾਰਿਆਂ ਕੋਲੇ ਜਿਹਦੇ ਵਿੱਚ ਚਿਕੂਜੀ ਮੈਚੀ ਚੈਪਟਰ ਨੰਬਰ ਚਿਕੂਜੀ ਮੈਚੀ ਚੈਪਟਰ ਨੰਬਰ ਹੈ ਕਿ 15 ਜਿਹਦਾ ਪਹਿਲਾ ਪਾਰਟ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਅੱਜ ਤੇ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਸਟਾਰਟ ਕਰਾਂਗੇ ਪੇਜ ਨੰਬਰ ਪੇਜ ਤੋਂ ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਕਿਹੜਾ ਟਰਾਂਸਪੋਰਟ ਜਿਹੜੀ ਹੈ ਇੰਟਰਨੈਸ਼ਨਲ ਲਾਂਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜਿਹੜਾ ਸ਼ੁਰੂ ਕਰਾਂਗੇ ਅਸੀਂ ਇੱਕ ਵਾਰੀ ਵੀਧਨ ਬਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਇਕ ਕਰੋ ਵੀਡੀਓ ਵਾਟਸਐਪ ਸ਼ੇਅਰ ਕਰੋਗੇ ਬਾਕੀ ਦੀ ਵੀ ਹੈਲਪ ਹੋ ਸਕਦੀ ਹੈ ਤੇ ਚੈਪਟਰ ਨੰਬਰ 15 ਦਾ ਪਹਿਲਾ ਕੁਐਸਚਨ ਹੈ ਟ੍ਰਾਂਸਪੋਰਟ ਦੇ ਮਰਜੀ ਪੀਰ ਕੋਂਟੋ ਤੇਰਜ਼ੀ ਕੋਂਟੋ ਤੇਰਜ਼ੀ ਕੋ ਰਿੰਗੇ ਜੀ ਤੋ ਸਿਚਾ ਪਕੋ ਤੇ ਸਮਾਨਾਂ ਅਲਤ੍ਰਿਆ ਕੋਂਫੀਨੇ ਦੀ ਨੈਸ਼ਨਾਲੇ ਇਦੂ ਲਾਵਾ ਕੇ ਜਿੱਥੇ ਕੋਂਫੀਨੇ ਖਤਮ ਹੋਏ ਨੈਸ਼ਨਲ ਲੈਵਲ ਯਾਨੀ ਕਿ ਨੈਸ਼ਨਲ ਨੈਸ਼ਨਲ ਲੈਵਲ ਖਤਮ ਹੋਏ ਨਾ ਯਾਨੀ ਕਿ ਇੰਟਰਨੈਸ਼ਨਲ ਲੈਵਲ ਦਾ ਕਨਸੀਡਰਰ ਕਨਸੀਡਰਾਰ ਸੀ ਇੱਥੇ ਕੋਂਸਿਸਟ ਜਿੱ ਇਥੇ ਕਨਸੀਡਰ ਕੀਤਾ ਜਾਂਦਾ ਹੈ ਸੇਮ ਪ੍ਰਾਟ੍ਰਾਂਸਪੋਰਟ ਉਹ ਇੰਟਰਨੈਸ਼ਨਲ ਹੈ ਇਥੇ ਫਰਮਾਇਆ ਜਾਂਦਾ ਹੈ ਕਿ ਇਹ ਟ੍ਰਾਂਸਪੋਰਟ ਇੰਟਰਨੈਸ਼ਨਲ ਹੈ ਜਿਹੜੀ ਮੁਲਕ ਤੋਂ ਬਾਹਰ ਦੀ ਗੱਲ ਲੈ ਕੇ ਜਾਣਗੇ ਦੂਸਰ ਕਵੈਸਚਨ ਹੈ ਕਹਿੰਦੇ ਬੇ ਇਹ ਟ੍ਰਾਂਸਪੋਰਟ ਦੀ ਮਰਚੈਂਟ ਟ੍ਰਾਂਸਪੋਰਟ ਕਲਿਸਮਨ ਕੋਨ ਤੋਂ ਤਰਜ਼ੀ ਦੇ ਅਕੋਰਡਿੰਗਲੀ ਟ੍ਰਾਂਸਪੋਰਟ ਕਰਦੇ ਹੋ ਅਲਟਰ ਕਨਫੀਨ ਇੰਟਰਨੈਸ਼ਨਲ ਹੈ ਇਦਲਾਵਾ ਜਿਹੜਾ ਕਨਫੀਨ ਖਤਮ ਹੋਇਆ ਇੰਟਰਨੈਸ਼ਨਲ ਲੇਬਰ ਇਹਨਾਂ ਗਮਲਾ ਖਤਮ ਹੋ ਗਿਆ ਨਾ ਟੁਰਕਮਨ ਦੇ ਬਾਰਡਰ ਵਗੈਰਾ ਇਹਨੇ ਦਾ ਕਨਸੀਡਰੇ ਟ੍ਰਾਂਸਪੋਰਟ ਇੰਟਰਨੈਸ਼ਨਲ ਹੈ ਕਨਸੀਡਰੇ ਕੀਤਾ ਜਾਇਆ ਟ੍ਰਾਂਸਪੋਰਟ ਇੰਟਰਨੈਸ਼ਨਲ ਹੈਗੀ ਹੈ ਆਨ ਕਿਸੇ ਵਿਕੋ ਲਈ ਅਮਾਰਚੇਵੋ ਤੋਂ ਭਾਵੇਂ ਗੱਡੀ ਖਾਲੀ ਚੱਲਣਗੀ ਵੈ ਦਾ ਜੇ ਦੇਖੋ ਜੀ ਗੱਲ ਇਹ ਹੈ ਕਿ ਜਦ ਗੱਡੀ ਬਾਹਰ ਨਿਕਲ ਜਾਂਦੀ ਹੈ ਮੁਲਕ ਦੇ ਵਿੱਚੋਂ ਤੇ ਉਹ ਇੰਟਰਨੈਸ਼ਨਲ ਲੈਵਲ ਦੇ ਹੁੰਦਾ ਹੈ ਟ੍ਰਾਂਸਪੋਰਟ ਕਰੀਏ ਭਾਵੇਂ ਗੱਡੀ ਖਾਲੀ ਵੀ ਜਾ ਰਹੀ ਹੈ ਤੇ ਟੈਕਸ ਵਗੈਰਾ ਉਹਨੂੰ ਫੇਰ ਵੀ ਉਦਾਂ ਹੀ ਪੈਂਦੇ ਰੋਗੇ ਇਸ ਕਰਕੇ ਇਹ ਵੀ ਵੇਰੋ

ਸਿਰਫ ਜੇ ਮਾਸਮਾਂ ਤੁਸੀਂ ਟਰਾਂਸਪੋਰਟ ਕਰਨਾ ਵੇ ਫੋਰ ਇਜ਼ ਦਿਸ ਸਟਾਟ ਦੀ ਮੈਂਬਰੀ ਡੈਲਾ ਕਮਿਊਨਿਟਾ ਜੇ ਰੈਸ ਸਟਾਟ ਦੀ ਮੈਂਬਰੀ ਡੈਲਾ ਕਮਿਊਨਿਟਾ ਜੇਨੀ ਯੂਰਪੀਨ ਯੂਨੀਅਨ ਦਾ ਜਿਗਰਾ ਇਸਤਾਨੀ ਹੈ ਨਾ ਉਹਨਾਂ ਮੁਲਕਾਂ ਨੂੰ ਬਾਹਰ ਕਰੋਗੇ ਟਰਾਂਸਪੋਰਟ ਤਾਂ ਇਹਨੂੰ ਇੰਟਰਨੈਸ਼ਨਲ ਮੰਨਿਆ ਜਾਏਗਾ ਐਥੇ ਕੁਐਸਚਨ ਹੋ ਗਿਆ ਗਲਤ ਕਿਉਂਕਿ ਤੁਸੀਂ ਜਦ ਇਟਲੀ ਨੂੰ ਬਾਹਰ ਨਿਕਲ ਗਏ ਹੋ ਨਾ ਭਾਵੇਂ ਯੂਰਪੀਨ ਯੂਨੀਅਨ ਦਾ ਮੈਂਬਰ ਵੀ ਨਹੀਂ ਬਾਕੀ ਕੰਟਰੀਆਂ ਜਰਮਨ ਫਰਾਂਸ ਵਗੈਰਾ ਇਸ ਤਰ੍ਹਾਂ ਦੀਆਂ ਕੰਟਰੀਆਂ ਫੇਰ ਵੀ ਇਹਨੂੰ ਟਰਾਂਸਪੋਰਟ ਇੰਟਰਨੈਸ਼ਨਲ ਹੀ ਮੰਨਿਆ ਜਾਏਗਾ ਯੂਰਪੀਨ ਇਤਲੀ ਜੋ ਬਾਰ ਹੋਣ ਨਾਲ ਹੀ ਇਹਨੂੰ ਟ੍ਰਾਂਸਪੋਰਟ ਜਿਹੜੀ ਹੈ ਤੁਹਾਨੂੰ ਟ੍ਰਾਂਸਪੋਰਟ ਇੰਟਰਨੈਸ਼ਨਲ ਮੰਨਿਆ ਜਾਏਗਾ ਇਸ ਕਰਕੇ ਕੁਐਸਚਨ ਫਾਲਸ ਹੋ ਗਿਆ ਅਗੇਨ ਇਹ ਟ੍ਰਾਂਸਪੋਰਟੋ ਦੀ ਮਰਚੀ ਪਰ ਕੋਂਟੋ ਦੀ ਤੇਰਜ਼ੀ ਕਹਿੰਦੇ ਕੋਂਟੋ ਤੇਰਜ਼ੀ ਕੋਰਡਿੰਗ ਟ੍ਰਾਂਸਪੋਰਟ ਕਰਨਾ ਸਮਾਨ ਅਲਤਰੇਆ ਕੌਨਫਿਨੇ ਨੈਸ਼ਨਲ ਜਿੱਥੇ ਖਤਮ ਹੋ ਜਾਣਾ ਮੁਲਕ ਦਾ ਕਨਸੀਡਰਰ ਕੋਂ ਟ੍ਰਾਂਸਪੋਰਟੋ ਇੰਟਰਨੈਸ਼ਨਲ ਕਹਿੰਦੇ ਕਨਸੀਡਰ ਕੀਤਾ ਜਾਏਗਾ ਟ੍ਰਾਂਸਪੋਰਟ ਹੈਗੀ ਹੈ ਇਹ ਇੰਟਰਨੈਸ਼ਨਲ ਲੈਵਲ ਦੀ ਸੋਲੋ ਸੇ ਪਰ ਟ੍ਰਾਂਸਪੋਰਟੋ ਦਲੇ ਮਰਚੀ se raggiunge di transfer questa in una, una stato una stati membri della comunità europea che ne serve il transfer questa settimana in una degli stati membri della comunità europea European Union Community vice se raggiunge transfer ta necessario attraversare uno stato l'azmi un non appartenente della stessa, che gira ਯੂਰਪੀਅਨ ਯੂਨੀਅਨ ਦਾ ਪਾਰਟ ਨਾ ਹੋਵੇ ਗਲਤ ਕਿਨਫਾਲਸਾਇਦਾ ਜਦ ਤੁਸੀਂ ਯੂਰਪੀਅਨ ਯੂਨੀਅਨ ਵਿੱਚ ਵੀ ਦੂਜੇ ਮੁਲਕ ਦੀ ਟ੍ਰਾਂਸਪੋਰਟ ਕਰੋਗੇ ਤਾਂ ਉਸ ਟਾਈਮ ਹੀ ਟ੍ਰਾਂਸਪੋਰਟ ਤਾਂ ਇੰਟਰਨੈਸ਼ਨਲ ਹੀ ਹੋ ਜਾਏਗਾ ਇਸ ਕਰਕੇ ਇਹ ਗਲਤ ਕਿਨਫਾਲਸ ਹੋਇਆ ਅਗਰ ਮੇ ਇਲ ਟ੍ਰਾਂਸਪੋਰਟੋ ਦੀ ਮਰਜੀ ਪਰ ਕੋਂਟੋ ਤੇਰਜੀ ਕੋਂਟੋ ਤੇਰਜੀ ਦੇ ਅਕੋਰਡਿੰਗ ਟ੍ਰਾਂਸਪੋਰਟ ਕਰਨਾ ਸਮਾਨ ਅਲਟਰੇ ਈ ਕੋਂਫੀਨ ਨੈਸ਼ਨਾਲੇ ਜਿਸ ਤੋਂ ਲਾਵਾ ਕਿ ਜਿਹੜਾ ਕੋਂਫੀਨ ਖਤਮ ਹੋ ਜਾਣਾ ਹੈ ਨੈਸ਼ਨਲ ਲੈਵਲ ਜਿਹਨ ਕਿ ਮੁਲਕ ਖਤਮ ਹੋ ਜਾਣਾ ਹੈ ਦਾ ਕਨਸੀਡਰੇਰ ਟ੍ਰਾਂਸਪੋਰਟੋ ਇਨ ਰਿਜੀਮੇ ਦੀ ਕੋਪਾਦਾਜੀਓ ਕਨੇ ਕਬੂਦਾਜੀ ਹੋ ਨਹੀਂ ਜਾਏਗਾ ਦੇਖੋ ਜੀ ਕਬੂਦਾਜੀ ਜਿਹੜਾ ਹੁੰਦਾ ਨਾ ਇਹ ਔਰ ਬਿਲਕੁਲ ਔਰ ਕਨਸੈਪਟ ਹੈ ਠੀਕ ਹੈ ਜੀ ਕਬੂਦਾਜੀ ਜਿਹੜਾ ਹੁੰਦਾ ਨਾ ਟ੍ਰਾਂਸਪੋਰਟ ਇਹ ਹੁੰਦਾ ਜਿਸ ਮੁਲਕ ਦੀ ਗੱਡੀ ਹੈ ਉਹ ਕਿਸੇ ਔਰ ਯੂਰੋਪੀਅਨ ਯੂਨੀਅਨ ਦੀ ਕੰਟਰੀ ਦੀ ਕੰਟਰੀ ਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਚਲੇਗੀ ਤੇ ਉਹਨੂੰ ਕਹਿੰਦੇ ਨੇ ਕਬੂਦਾਜੀਓ ਕਬਦਾ ਜੇ ਜੇ ਚੱਲਣਾ ਹੁੰਦਾ ਨਾ ਉਹ ਇੰਟਰਨੈਸ਼ਨਲ ਲੈਵਲ ਦੇ ਹੀ ਹੁੰਦਾ ਠੀਕ ਹੈ ਲੇਕਿਨ ਮੰਨ ਲਓ ਕਿ ਇਟਲੀ ਦੀ ਗੱਡੀ ਸਪੈਨ ਚੱਲ ਲਈਏ ਤਾਂ ਉਹਨੂੰ ਕਹਿ ਕਹਣਗੇ ਯਾਨੀ ਕਿ ਸਪੈਨ ਦੇ ਵਿੱਚ ਹੀ ਉਹਨੇ ਮੈਡਰਿਡ ਤੋਂ ਬਰਸਲੋਨਾ ਜਾਣਾ ਹੈ ਤੇ ਇੱਥੋਂ ਇਟਲੀ ਦੇ ਰਿਫਿ ਕੀ ਹੋਵੇਗਾ ਇੰਟਰਨੈਸ਼ਨਲ ਲੈਵਲ ਹੀ ਹੋਵੇਗਾ ਲੇਕਿਨ ਉਥੇ ਨੈਸ਼ਨਲ ਸਤਾ ਦੇ ਦੇ ਕਿਉਂਕਿ ਇਟਲੀ ਨੇ ਮੈਂਬਰ ਹੈ ਉਥੇ ਨੈਸ਼ਨਲ ਲੈਵਲ ਦਾ ਹੁੰਦਾ ਹੈ ਉਹ ਗੱਡੀ ਜਿਹੜੀ ਹੈ ਇਟਲੀ ਦੀ ਮੈਡਰਿਡ ਤੋਂ ਬਰਸਲੋਨਾ ਜਾਂ ਫਿਰ ਬਰਸਲੋਨਾ ਤੋਂ ਮੈਡਰਿਡ ਦਿੰਨੇ ਚੱਕਰ ਜਿਹੜੇ ਨੇ ਉਹ ਲਾ ਸਕਦੇ ਨੇ ਇਹ ਕਨਸੈਪਟ ਹੀ ਹੋਰ ਹੈ ਇਹ ملک ਤੋਂ ਬਾਹਰ ਹੀ ਹੁੰਦਾ ਹੈ ਇਸ ਕਰਕੇ ਉਸੇ ਟਾਈਮ ਨੈਸ਼ਨਲ ਕਨਸਿਡਰ ਹੋ ਜਾਂਦਾ ਹੈ ਇੰਟਰਨੈਸ਼ਨਲ ਇਹ ਕਬੂਦਾ ਜੀ ਕਨਸਿਡਰ ਕਰਨ ਲਈ ملک ਤੋਂ ਬਾਹਰ ਹੋਣਾ ਲਾਜ਼ਮੀ ਨਹੀਂ ਹੈ ملک ਤੋਂ ਜਦ ਬਾਹਰ ਜਾਓਗੇ ਤਾਂ ਇੰਟਰਨੈਸ਼ਨਲ ਕਨਸਿਡਰ ਕਰ ਦਿੱਤਾ ਜਾਏਗਾ ਠੀਕ ਹੈ ਟਰਾਂਸਪੋਰਟ ਇੰਟਰਨੈਸ਼ਨਲ ਹੋ ਜਾਏਗੀ ਠੀਕ ਹੈ ਇਸ ਕਰਕੇ ਇਹਦਾ ਇਹਨਾਂ ਕੋਈ ਚਿੰਤਰਾ ਨਹੀਂ ਹੈ ਵੀ ਕਬੂਦਾ ਜੀ ਦੇ ਰਸਤਾ ਦਾ ਕਬੂਦਾ ਜੀ ਜਿਹੜਾ ਸਿਸਟਮ ਹੈ ਏ ਸੀਗਾ ਡਿਟੇਲ ਦੇ ਨਾਲ ਹੀ ਦੇ ਕੁਐਸਚਨ ਕਰਾਂਗੇ ਔਰ ਡਿਟੇਲ ਦੇ ਨਾਲ ਹੀ ਦੇ ਗੱਲ ਕਰਾਂਗੇ ਇਸ ਕਰਕੇ ਇਹ ਕੁਐਸਚਨ ਫਾਲਸ ਹੋਇਆ ਔਰ ਜਦ ਲਾਵਾ ਜੀ ਚੈਮਤ ਦੇਵੇ ਕੁਐਸਚਨਾਂ ਵਿੱਚ ਵੀ ਨਾ ਆਮਨ ਕੁਐਸਚਨ ਕਬੂਦਾ ਜੀ ਉਹਦੇ ਤੇ ਉਹ ਵੀ ਕੁਐਸਚਨ ਗਲਤ ਹੋਣਗੇ ਕਿਉਂਕਿ ਉਹਦੇ ਨਾਲ ਵੀ ਦਾ ਕੋਈ ਤਲਕ ਕਬੂਦਾ ਜੀ ਦਾ ਨਹੀਂ ਹੈ ਕਿਨੇ ਟ੍ਰਾਂਸਪੋਰਟ ਦੀ ਮਰਜੀ ਟ੍ਰਾਂਸਪੋਰਟ ਕਰੇ ਸਾਮਾਨ ਪਰ ਕੋਨ ਤੋਂ ਦੀ ਤਰਜ਼ੀ ਕਿਨੇ ਕੋਨ ਤੋਂ ਤਰਜ਼ੀ ਅਕੋਰਡਿੰਗ ਅਲਟਰ ਦੇ ਕਨਫਿਨਿਟਿਜ਼ ਇਸਟਾ ਨੈਸ਼ਨਲ ਜਿੱਥੇ ਨੈਸ਼ਨਲ ਲੈਵਲ ਹਟ ਹੋ ਜਾਂਦਾ ਹੈ ਤਾਂ ਕਨਸੀਡਰਾਤ ਹੋ ਟਰਾਂਸਪੋਰਟੋ ਕੰਬਿਨਾਤੋ ਟਰਾਂਸਪੋਰਟੋ ਕੰਬਿਨਾਤੋ ਹੁੰਦਾ ਵੀ ਕੰਬੀਨੇਸ਼ਨ ਹੁੰਦਾ ਹੈ ਕਿਈ ਕਿਸਮ ਦੇ ਵਤੂਰੇ ਹੁੰਦੇ ਨੇ ਜਿਨ੍ਹਾਂ ਦੇ ਆਪਸ ਵਿੱਚ ਰਵਾਬਤ ਹੁੰਦੇ ਨੇ ਜਿਹੜੇ ਕਿ ਟਰਾਂਸਪੋਰਟ ਕਰਦੇ ਨੇ ਇੱਕ ਸਮਾਨ ਨੂੰ ਇੱਕ ਚੀਜ਼ ਨੂੰ ਠੀਕ ਹੈ ਦੇਖੋ ਜੀ ਇਹ ਉਹ ਚੀਜ਼ ਵੀ ਨਹੀਂ ਹੈ ਵੀ ਇਹਦਾ ਵੀ ਉਹ ਦੇ ਨਾਲ ਕੋਈ ਤਲਕ ਨਹੀਂ ਹੈ ਵੀ ਇਹ ਟਰਾਂਸਪੋਰਟ ਇੰਟਰਨੈਸ਼ਨਲ ਹੈ ਕਨਸੀਡਰ ਕੀਤਾ ਜਾਂਦਾ ਹੈ ਨਾ ਕਿ ਟਰਾਂਸਪੋਰਟ ਕਾਬਿਨ ਕੰਬੀਨਾਟੋ ਨਹੀਂ ਕਤਸ ਕਬੂਦਾਜੀਓ ਇਸ ਕਰਕੇ ਇਹ ਕੁਐਸਚਨ ਗਲਤ ਕਹਿਣ ਦੇ ਬੇ ਫਾਲਸ ਹੋਇਆ ਤੇ ਹੁਣ ਮੈਂ ਤੁਹਾਨੂੰ ਗੱਲ ਕਰਾਂਗਾ ਟ੍ਰਾਂਸਪੋਰਟ ਟੈਕਨੋਲੋਜੀ ਜਿਸ ਦਾ ਮਤਲਬ ਹੈ ਰਿਲੀਜਨ ਗਵਨਨ ਦਾ ਤਰੀਕਾ ਤੇ ਲਈ ਚਾਹੀਦਾ ਹੈ ਨਿਊਕੈਸਪੀਚ ਮੈਚ ਪਿਛੇ ਤੁਹਾਨੂੰ ਸ਼ੇਅਰ ਕਰ ਚੁੱਕਿਆ ਹਾਂ ਟ੍ਰਾਂਸਪੋਰਟ ਇੰਟਰਨੈਸ਼ਨਲ ਜਿਹੜੀ ਕਿ ਸੰਧੀਆਂ ਆਉਂਦੀਆਂ ਨੇ ਟ੍ਰਾਂਸਪੋਰਟ ਇੰਟਰਨੈਸ਼ਨਲ ਦੇ ਦੋ ਕਿਸਮ ਦੀਆਂ ਸੰਧੀਆਂ ਨੇ ਇੱਕ ਹੁੰਦਾ ਹੈ ਇਨਫਰਾਕੋਮੇਂਟਰੀਆ ਯੂਈ ਯਰਬਨ ਯੂਨੀਅਨ ਦੇ ਵਿੱਚ ਇੱਕ ਹੁੰਦਾ ਹੈ ਟ੍ਰਾਂਸਪੋਰਟ ਐਕਸਟਰਾ ਕਮਿਨਿਟਰੀਆ ਯਾਨੀ ਕਿ ਐਕਸਟਰਾ ਯੂਈ ਯੂਰਪੀਅਨ ਯੂਨੀਅਨ ਦੇ ਬਾਰ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਮਰਚੀਆਂ ਪਰਸੋਨਾਂ ਜੋ ਵੀ ਦੂਸਰ ਟ੍ਰਾਂਸਪੋਰਟ ਕਰਦੇ ਹੋ ਇੱਕ ਯਾਨੀ ਕਿ ਹੋਣਗੇ ਦੋਵੇਂ ਇੰਟਰਨੈਸ਼ਨਲ ਹੀ ਟ੍ਰਾਂਸਪੋਰਟ ਇੰਟਰਨੈਸ਼ਨਲ ਹੀ ਹੋਵੇਗੀ ਟ੍ਰਾਂਸਪੋਰਟ ਤੋਂ ਕਮਿਨਿਟਰੀ ਯਾਨੀ ਕਿ ਯੂਈ ਇਨਫਰਾ ਕਮਿਨਿਟਰੀਆ ਯੂਰਪੀਅਨ ਯੂਨੀਅਨ ਵਿੱਚ ਉਹ ਵੀ ਇੰਟਰਨੈਸ਼ਨਲ ਹੀ ਆਏਗਾ ਉਹ ਯਾਨੀ ਕਿ ਨੈਸ਼ਨਲ ਨਹੀਂ ਆਏਗਾ ਇੰਟਰਨੈਸ਼ਨਲ ਹੀ ਹੋਣਾ ਕਿ ਯੂਰਪੀਅਨ ਯੂਨੀਅਨ ਵਿੱਚ ਵੀ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਦੇ ਟ੍ਰਾਂਸਪੋਰਟ ਉਹ ਐਕਸਟਰਾ ਕਮੇਂਡਰੀ ਹੈ ਐਕਸਟਰਾ ਯੂ ਯਰਕਿਓ ਯਰਕਿਓ ਯੂਰਪੀਅਨ ਯੂਨੀਅਨ ਦੁਬਾਰ ਯੂਰਪੀਅਨ ਯੂਨੀਅਨ ਵਿੱਚ ਇੱਕ ਕਮੇਂਡ ਟ੍ਰਾਂਸਪੋਰਟ ਕਮੇਂਟਰੀ ਵਿੱਚ ਕਿਰਿਆ ਆਉਣਗੀਆਂ ਜਿਵੇਂ ਕਿ ਅਸੀਂ ਇਹ ਨਕਸ਼ਾ ਜਿਹੜਾ ਯੂਰਪ ਦਾ ਹੈ ਸਾਰੇ ਦੇ ਵਿੱਚ ਕੁਝ ਕੰਟਰੀਆਂ ਨੇ ਯੂਰਪੀਅਨ ਯੂਨੀਅਨ ਦੇ ਪਾਰਟ ਨੇ ਇਹ ਸਾਰੀਆਂ ਇਹਦੇ ਵਿੱਚ ਆਉਣਗੀਆਂ ਇਹਦੇ ਤੋਂ ਇਲਾਵਾ ਕੰਟਰੀਆਂ ਜਿਹੜੀਆਂ ਨੇ ਐਫਟਾ ਦੀ ਜਿਹੜੇ ਮੈਂਬਰ ਨੇ ਜਿਹਦੇ ਵਿੱਚ ਕੇ ਸਵਿਜ਼ ਸਵਿਜ਼ਰੀਆ ਵੀ ਠੀਕ ਹੈ ਐਫਟਾ ਦੀ ਮੈਂਬਰ ਸਾਰੀਆਂ ਇਹਦੇ ਵਿੱਚ ਆਉਣਗੀਆਂ ਲੇਕਿਨ ਜਿਵੇਂ ਕਿ ਸਾਨੂੰ ਪਤਾ ਹੈ 스위스 ਜਿਹੜਾ ਇੱਕ ਬਹੁਤ ਅਜੀਬ ਦੇ ਥੋੜੇ ਜਿਹੇ ਨੰਨ ਕਾਨੂੰਨ ਨੇ ਇਹ ਐਫਟਾ ਦੇ ਮੈਂਬਰ ਹੈ ਨੇ ਜਿਹਦੇ ਵਿੱਚ ਨਰਵੇਜia ਆਈਸਲੈਂਡ ਲਿਕਟਨ ਲਿਕਟਨਸਟ ਅਤੇ ਆਉਂਦੇ ਨੇ ਲੇਕਿਨ 스위스 ਜਿਹੜਾ ਇਹਦਾ ਥੋੜਾ ਜਿਹਾ ਕੇਸ ਡਿਫਰੈਂਟ ਹੈ ਕਿਉਂ ਡਿਫਰੈਂਟ ਹੈ ਤੱਕ ਇਸ ਇਹ ਆਫਤਾ ਨੂੰ ਮੰਨਦਾ ਲੇਕਿਨ ਐਸਈਈ ਸਪੇਸਿਓ ਇਕਨੋਮਿਕਾ ਵਰਪਾ ਨੂੰ ਨਹੀਂ ਮੰਨਦਾ ਲੇਕਿਨ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਲੇਜੈਂਡ ਕਮਨਟਰੀ ਦੀ ਇਹ ਇਹਨਾਂ ਸਭਾ ਘਟਨੀਆਂ ਦੇ ਵਿੱਚ ਚੱਲ ਜਾਂਦਾ ਠੀਕ ਹੈ ਟ੍ਰਾਂਨਜ਼ ਕਰ ਲਈ ਟ੍ਰਾਂਸਪੋਰਟ ਕਰ ਲਈ ਸਮਾਨ ਇਹਨਾਂ ਦੇ ਵਿੱਚ ਚੱਲ ਸਕਦਾ ਹੈ ਸਹੀ ਜੇ ਤੁਸੀਂ ਟ੍ਰਾਂਸਪੋਰਟ ਨਾ ਕਰੋ ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਟ੍ਰਾਂਸਪੋਰਟ ਕਰੋਗੇ ਨਾ ਯਾਨੀ ਕਿ ਇਟਲੀ ਤੋਂ ਸਮਾਨ ਸਵਿਟਜ਼ਰਲੈਂਡ ਲੈ ਕੇ ਜਾ ਰਹੇ ਹੋ ਉਧਰ ਥੋੜੀ ਜਿਹੀ ਕਵਨ ਡਿਫਰੈਂਟ ਹੋਣਗੀ ਲੇਕਿਨ ਟ੍ਰਾਂਨਜ਼ ਕਰਨ ਲਈ ਕੋਈ ਪ੍ਰੋਬਲਮ ਨਹੀਂ ਹੈ ਲੇਜੈਂਡ ਕਮਨਟਰੀ ਚਲੇਗਾ ਜਨ ਸਭਾ ਲਈ ਤੇ ਯ ਦੇ ਲਈ اور ਸਵਿਜ਼ੇਰੀਆ ਦੇ ਵਿੱਚ ਵੀ ਟ੍ਰਾਂਜ਼ਿਟ ਕਰਨ ਲਈ ਅ ਲਿਜੈਂਸ ਕਮੰਟਰੀ ਚਾਹੀਦਾ ਲਿਜੈਂਸ ਕਮੰਟਰੀਆ ਜਿਹੜਾ ਵੈ ਇਹਦੇ ਤਲਾਵਾ ਇਹਨੂੰ ਇਨ ਟਿਊਟ ਕਿਹੜੀ ਚੀਜ਼ਾਂ ਤੋਂ ਹੁੰਦੀ ਹੈ ਠੀਕ ਹੈ ਛੂਟ ਹੁੰਦੀ ਹੈ ਸਭ ਤੋਂ ਇੱਕ ਨੰਬਰ ਤੋਂ ਹੁੰਦਾ ਹੈ ਯਾਨੀ ਕਿ ਜੇ ਜੇ ਤੁਸੀਂ ਇਹ ਟ੍ਰਾਂਸਪੋਰਟ ਕਰੋਗੇ ਜਿਹੜੀ ਹੋਣ ਵਿੱਚ ਚੀਜ਼ਾਂ ਦੱਸਾਂਗਾ ਇਹਦੇ ਲਈ ਫਿਰ ਲਿਜੈਂਸ ਕਮੰਟਰੀ ਤੁਹਾਨੂੰ ਨਹੀਂ ਚਾਹੀਦੇ ਟ੍ਰਾਂਸਪੋਰਟ ਲਿਬਰਲਿਜ਼ਾਤੀ ਨੂੰ ਕਹਿੰਦੇ ਨੇ ਜਿਹੜੀ ਕਿ ਹੈ ਨੇ ਟ੍ਰਾਂਸਪੋਰਟ ਹੀ ਪੋਸਟਾਲੀ ਪੋਸਟ ਪੋਸਟਾਲੀ ਦੀ ਪੋਸਟ ਦੇ ਚੀਜ਼ਾਂ ਟ੍ਰਾਂਸਪੋਰਟ ਕਰਨਗੇ ਉਹਨਾਂ ਦੇ ਲਈ ਲਾਇਸੈਂਸ ਕਮੇਟਰੀ ਦੀ ਲਾਜ਼ਮੀ ਨਹੀਂ ਹੈ ਵੀ ਟ੍ਰਾਂਸਪੋਰਟ ਤੋਂ ਵੀ ਕੋਲੀ ਦਾ ਨਹੀਂ ਗਿਆ ਤੇ ਰਿਪੇਰ ਆਤੀ ਰਿਪੇਰੇ ਜੇ ਜਿਹੜੇ ਨੁਕਸਾਨ ਹੋਇਆ ਗੱਡੀਆਂ ਦਾ ਰਿਪੇਅਰ ਵਗੈਰਾ ਕਰਨ ਲਈ ਉਹਨਾਂ ਜਿਹੜੇ ਟ੍ਰਾਂਸਪੋਰਟ ਕਰੋਗੇ ਤੇ ਫੇਰ ਵੀ ਲਾਇਸੈਂਸ ਕਮੇਟਰੀ ਨਹੀਂ ਚਾਹੀਦਾ ਹੈ ਵੀ ਟ੍ਰਾਂਸਪੋਰਟ ਤੋਂ ਕੋਈ ਵੀ ਕੋਲੀ ਦੀ ਕਨ ਮਾਸਾ ਕੰਪਲੈਸਿਵਾ ਨੌਨ ਸੁਪਰੀਓਰੇ 3.5 ਜਿਹਦਾ ਵਜ਼ਨ ਜਿਹੜਾ ਸਮਾਨ ਤੁਸੀਂ ਲੈ ਕੇ ਜਾ ਰਹੇ ਹੋ ਨਾ ਜੇ 3.5 ਟਨ ਸੁਪਰੀਓਰੇ ਨਾ ਹੋਵੇਗਾ ਤੇ ਫੇਰ ਵੀ ਲਿਸੈਂਸ ਕਮੰਟਰੀ ਤੇ ਲਿਬਰਜਾਤੀ ਹੋ ਠੀਕ ਹੈ ਪਰ ਟ੍ਰਾਂਸਪੋਰਟ ਤੇ ਮੈਡੀਸਿਨ ਮੈਡੀਕਲ ਮੈਡੀਕਲ ਦੇ ਸ਼ੋਭੇ ਦੇ ਵਿੱਚ ਮੈਡੀਸਨਸ ਵਗੈਰਾ ਇਹ ਉਹ ਮੈਡੀਨਾਲੇ ਮੈਦੀ ਗਈ ਹੈ ਉਹ ਉਸ ਤਰ੍ਹਾਂ ਦੀ ਚੀਜ਼ਾਂ ਜੇ ਕੋਈ ਟ੍ਰਾਂਸਪੋਰਟ ਕਰਦੇ ਹੋ ਮੈਡੀਸਨ ਦੇ ਸ਼ੋਭੇ ਦੇ ਅਕੋਰਡਿੰਗ ਉਹਦੇ ਲਈ ਵੀ ਇਹ ਵੀ ਲਿਬਰਲਾਈਜ਼ਾਤੀ ਵੀ ਟ੍ਰਾਂਸਪੋਰਟ ਲਿਬਰਲਾਈਜ਼ਾਤੀ ਹੁੰਦੀ ਨਹੀਂ ਯਾਨੀ ਕਿ ਲਿਸੈਂਸ ਕਮੰਟਰੀ ਨਹੀਂ ਚਾਹੀਦਾ ਐਣ ਤੇ ਫਿਰ ਤੁਹਾਨੂੰ ਦੱਸਾਂਗਾ ਆਖਰੀ ਚੀਜ਼ ਕਿ ਸੇਲ ਟ੍ਰਾਂਸਪੋਰਟ ਤੋਂ ਕੋਨ ਤੋਂ ਪ੍ਰੋਪੀ ਜੇ ਕੋਨ ਤੋਂ ਪ੍ਰੋਪੀ ਦੇ ਤਰ੍ਹਾਂ ਤੁਸੀਂ ਟ੍ਰਾਂਸਫਰ ਕਰਦੇ ਤੇ ਫੇਰ ਵੀ ਲੇਚੰਦਾ ਕਮੈਂਡਰ ਦੀ ਲੋਣੀ ਹੈ ਵੀ ਇਹਦੇ ਤੋਂ ਇਲਾਵਾ ਜੇ ਤੁਸੀਂ ਟ੍ਰਾਂਸਪੋਰਟ ਕਰੋਗੇ ਕੰਤ ਤਰ੍ਹਾਂ ਦੀ ਅਕੋਰਡਿੰਗ ਤੇ ਫਿਰ ਲੇਚੰਦਾ ਕਮੈਂਟਰੀ ਚਾਹੀਦਾ ਹੈ ਇਹ ਕਿੱਥੇ ਵੈਲਿਡ ਹੋਵੇਗਾ ਜੀ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਹ ਐਫਟਾ ਦੀਆਂ ਯੂ ਏ ਯੂਰੋਪੀਅਨ ਯੂਨੀਅਨ ਦੀਆਂ ਸਪਾਸੀ ਇਕਨੋਮਿਕ ਯੂਰੋਪੀ ਜਿਹੜੀਆਂ ਕੰਟਰੀਆਂ ਨੇ ਇਹਨਾਂ ਕਨਵੈਨਸ਼ਨ ਇਹ ਇਹ ਜਿਹੜੇ ਕਨਵੈਨਸ਼ਨ ਹੈ ਯੂਰਪ ਦੇ ਇਹਨਾਂ ਸਭਾਂ ਦੇ ਵਿੱਚ ਇਹ ਚੱਲਣਗੀਆਂ ਠੀਕ ਹੈ ਕਹਿੰਦੇ ਬੇ ਪਹਿਲਾ ਕੁਐਸਚਨ ਹੈ ਉਹ ਲਾ ਇੰਪ੍ਰੇਸਾ ਦੀ ਐਟ ਟ੍ਰਾਂਸਪੋਰਟ ਉਹ ਪਰ ਪੋਤੇਰੇ ਫਿਟੂਆਰੇ ਟ੍ਰਾਂਸਪੋਰਟੀ ਕੋਂਟੋ ਤੈਰਜੀ ਕੋਮਪਨੀ ਟ੍ਰਾਂਸਪੋਰਟ ਕਰਨੀ ਪਰ ਪੋਤੇਰੇ ਟ੍ਰਾਂਸਪੋਰਟ ਕਰੀ ਕਦੀ ਵੀ ਟ੍ਰਾਂਸਪੋਰਟ ਕਰਨੀ ਕੋਨਟੋ ਤੈਰਜੀ ਅਕੋਰਡਿੰਗ ਕੋਨੇ ਵੀ ਗੋਲ ਇਸ ਦੀ ਟ੍ਰਾਂਸਪੋਰਟਾ ਸੁਪਰੀਓਰੇ ਸਾਢੇ 3 ਟਨ ਜਿਹਦਾ ਗੱਡੀ ਜੀ ਗੱਡੀ ਦਾ ਵਜ਼ਨ ਹੈ ਸਾਢੇ 3.5 ਟਨ ਸੁਤੇ ਵਾਲਾ ਹੁਣ ਸੀ ਟ੍ਰਾਂਸਪੋਰਟ ਕੋਨ ਲਾਇਸੈਂਸ ਕਮੈਂਟਰੀ ਜਿਹੜੀ ਚੀਜ਼ਾਂ ਟ੍ਰਾਂਸਪੋਰਟ ਕਰਨੀਆਂ ਸੀ ਲਾਇਸੈਂਸ ਕਮੈਂਟਰੀ ਦੇ ਨਾਲ ਉਹਦੇ ਬਾਰੇ ਸੀ ਕੁਐਸਚਨ ਪੜਨੇ ਸਿਰਫ ਠੀਕ ਹੈ ਕਿੰਨਾ ਹੋ ਗਿਆ ਜੀ ਕੌਣ ਤੋਂ ਤੈਰਦੀ ਅਕੋਰਡਿੰਗ ਹੈ ਕੌਣ ਵਿਕੋਲੀ ਪਰਤਾਤਾ ਜਿਹੜੇ ਗੱਡੀ ਦਾ ਵਜ਼ਨ ਹੈਗਾ ਸੁਪਰੀਮ 3.5 ਟਨ ਗੱਡੀ ਦਾ ਵਜ਼ਨ 6 ਟਨ ਤੋਂ ਉੱਤੇ ਹੋਇਆ ਔਰ ਸੁਪਰੀਮ 3.5 ਟਨ ਹੋਵੇ ਕੌਣ ਤੋਂ ਤੈਰਦੀ ਹੋ ਗਿਆ ਕੌਣ ਤੋਂ ਤੈਰਦੀ ਹੋ ਗਿਆ ਤੇ ਦੇ ਲਈ ਫਿਰ ਉਹਦੇ ਲਈ ਚੰਦਾ ਕਮੰਤਰੀ ਚਾਹੀਦਾ ਹੈ ਸਪੂ 6 ਟਨ ਗੱਡੀ ਦਾ ਵਜ਼ਨ ਟੋਟਲ ਸਮਾਨ ਸਮੇਤ ਜਾਂ ਫਿਰ 3.5 ਟਨ ਸਮਾਨ ਦਾ ਵਜ਼ਨ ਤੇ ਫਿਰ ਸਮਾ ਇਹਦੇ ਲਈ ਕੌਣ ਤੋਂ ਤੈਰਦੀ ਚਾਹੀਦੀ ਹੈ ਆਪਣਾ ਸੋਰੀ ਕੁਲ ਚੰਦਾ ਕਮੰਤਰੀ ਚਾਹੀਦਾ ਹੈ ਸੇਪੋਟਾ ਟਾਸਪ੍ਰੀਸਰ ਦੇ ਰੈਗਨਮੀ ਹੋ ਗਿਆ ਹੈ ਐਵਰੀ ਰਿਕਵਾਇਰਮੈਂਟ ਪੂਰੀ ਹੋ ਗਈ ਹੈ ਅਲਾਈਨਰ ਨਾਲ ਦੇ ਲਈ ਯੂਨੀਅਨ ਯੂਰੋਪੀਅਨ ਯੂਨੀਅਨ ਦੇ ਵਿੱਚ ਅਕੂਰੇ ਕੇਸੀ ਐਸਕ੍ਰੀਤ ਹੋ ਲਾਜ਼ਮੀ ਹੈ ਸਕ੍ਰੀਤ ਹੋਣਾ ਚਾਹੀਦਾ ਤੁਹਾਨੂੰ ਆਲਬੋਦਲਾ ਆਟ ਟ੍ਰਾਂਸਪੋਰਟਾਟੋਰੀ ਆਲਬੋਦਲਾ ਆਟ ਟ੍ਰਾਂਸਪੋਰਟਾਟੋਰੀ ਕੀ ਹੈ ਆਲਬੋਦਲਾ ਆਟ ਟ੍ਰਾਂਸਪੋਰਟਾਟੋਰੀ ਹੈ ਜਿਹੜਾ ਕਿ ਜਦ ਤੁਸੀਂ ਇਟਲੀ ਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਹੈ ਤੁਸੀਂ ਗੱਡੀ ਚਲਾਣੀ ਹੈ ਤਾਂ ਆਲਬੋ ਟ੍ਰਾਂਸਪੋਰਟਾਟੋਰੀ ਤੇ ਵਿੱਚ ਤੁਹਾਨੂੰ ਯਾਨੀ ਕਿ ਇੰਦਰਾਜ ਹੋਣਾ ਚਾਹੀਦਾ ਹੈ ਨਾ ਜਾ ਤੁਸੀਂ ਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਇੰਦਰਾਜ ਨਹੀਂ ਹੋਵੇਗਾ ਤਾਂ ਬੰਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਵੇਂ ਤੁਸੀਂ ਟ੍ਰਾਂਸਪੋਰਟ ਕਰੋਗੇ ਇਸ ਕਰਕੇ ਕਹਿੰਦੇ ਨੇ ਬੇ ਕਿ ਤੁਹਾਨੂੰ ਜੇ ਤੁਸੀਂ ਟ੍ਰਾਂਸਪੋਰਟ ਕਰਨਾ ਹੈ ਨੂੰ ਤੁਹਾਨੂੰ ਇੰਦਰਾਜ ਹੋਣਾ ਚਾਹੀਦਾ ਹੈ ਸਕ੍ਰੀਟ ਹੋਣਾ ਚਾਹੀਦਾ ਆਲਬੋ ਦੇਲੀ ਆਟ ਟ੍ਰਾਂਸਪੋਰਟਾਟੋਰੀ ਦੂਸਰੇ ਕਹਿੰਦੇ ਕਿ ਨੇ ਜਾਤੀ ਤੁਲਾਰ ਦੇ ਅਟ੍ਰੇਸ਼ਨੇ ਨੈਸ਼ਨਾਲੇ ਯਾਨੀ ਕਿ ਤੁੜਗੋਲੋ ਅਟ੍ਰੇਸ਼ਨੇ ਨੈਸ਼ਨਾਲੇ ਯਾਨੀ ਕਿ ਨੈਸ਼ਨਲ ਲੈਵਲ ਦਾ ਸਰਟੀਫਿਕੇਟ ਤੁੜਗੋਲੋ ਨਾ ਚਾਹੀਦਾ ਹੈ ਅਬਿਲਿਟਾਟੋ ਪਰ ਟ੍ਰਾਂਸਪੋਰਟ ਇੰਟਰਨੈਸ਼ਨਲੀ ਔਰ ਇਹਦੇ ਤੋਂ ਬਾਅਦ ਅਬਿਲਿਟਾਟ ਹੋਣਾ ਚਾਹੀਦਾ ਯਾਨੀ ਕਿ ਇਹ ਤੁਹਾਡੇ ਕੋਲ ਸਰਟੀਫਿਕੇਸ਼ਨ ਹੋਣਾ ਚਾਹੀਦਾ ਇਹ ਟ੍ਰਾਂਸਪੋਰਟ ਇੰਟਰਨੈਸ਼ਨਲ ਦੇ ਲਈ ਵੀ ਟ੍ਰਾਂਸਪੋਰਟ ਇੰਟਰਨੈਸ਼ਨਲ ਦੇ ਲਈ ਕਿਹੜੀ ਚਾਹੀਦੀ ਹੈ ਰੀਓਰਗਨਿਜ਼ੇਸ਼ਨ ਦੇ ਵਿੱਚ ਲਾਇਸੈਂਸ ਦਾ ਕਮੰਟਾਰੀ ਚਾਹੀਦੀ ਹੋਵੇਗੀ ਇਸ ਕਰਕੇ ਕੁਐਸਚਨ ਬਿਲਕੁਲ درست ਹੋਇਆ ਕਿਉਂਕਿ ਪਹਿਲੇ ਨੈਸ਼ਨਲ ਹੋਵੇਗਾ ਤਦ ਹੀ ਇੰਟਰਨੈਸ਼ਨਲ ਅਰਗੇਸਟ ਕਰਾਂਗੇ ਕਹਿੰਦੇ ਇੰਪ੍ਰੈਸਾ ਗਿਆ ਟ੍ਰਾਂਸਪੋਰਟ ਬੇਸਿਕਲੀ ਅਸੀਂ ਪੜਿਆ ਆ ਲਾਇਸੈਂਸ ਦਾ ਕਮੰਟਾਰੀ ਦੇ ਲਈ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਠੀਕ ਹੈ ਜਿਹੜ requirement quali mente o si question ma non è una impresa di trasporto altro trasporto di compagnie e per poter effettuare il trasporto che devi trasportarli conto terzi decodin con i vicoli portato a superiore sarà dettagli gradito cosa sarebbe intanto gruppo re alla interna della iu europea di vincere a cura si doti della licenza comunitaria ਲਿਜੈਂਡਾ ਕਮੈਂਟਰੀ ਹੋਣਾ ਚਾਹੀਦਾ ਦਰਸ਼ਕਾਂ ਦੇ ਵਿਰਾਲ ਲਿਜੈਂਡਾ ਕਮੈਂਟਰੀ ਜਿਹੜਾ ਅਰਜੀਨਲ ਹੈ ਉਹ ਨਾ ਇੱਕ ਬਤੂਰੇ ਦੇ ਲਈ ਇੱਕੋ ਹੀ ਇਸ਼ੂ ਕੀਤਾ ਜਾਂਦਾ ਹੈ। ਔਰ ਜਿਤਨੀਆਂ ਗੱਡੀਆਂ ਹੁੰਦੀਆਂ ਨੇ ਬਤੂਰੇ ਜਿਹੜਾ ਉਹ ਉਹਦੇ ਅਕੋਰਡਿੰਗ ਬਾਕੀ ਜਿਹੜੀਆਂ ਨੇ ਉਹ ਉਹਦੇ ਕਾਪੀ ਕਨਫਰਮਾ ਜਿਹੜੀ ਹੈ ਕਿ ਮੋਤ੍ਰੀਸ਼ਣ ਚ ਵੀ ਲੈ ਸਕਦਾ ਠੀਕ ਹੈ ਕਾਪੀ ਕਨਫਰਮਾ ਆਣੀ ਕਿ ਫੋਟੋਕਾਪੀ ਹੁੰਦੀ ਹੈ ਠੀਕ ਹੈ ਕਾਪੀ ਕੋਰਫਰਮਾ ਵੀ ਇੱਕ origignal ਕਾਪੀ ਕਨਫਰਮਾ ਹੁੰਦਾ ਹੈ ਜਿਹੜਾ ਕਿ ਮੋਟਰਸ਼ੀਨ ਨੀਂ ਦੇ ਵਿੱਚ 22 ਦੇ ਵਿੱਚ ਜਾ ਕੇ ਅਪਲਾਈ ਕਰੀਦੇ ਆ ਅਪਲਾਈ ਕਰਨ ਤੋਂ ਬਾਅਦ ਮਿਲਦਾ ਜਿੰਨੀਆਂ ਗੱਡੀਆਂ ਇਕ ਬਤੂਰੇ ਨੂੰ origignal original ਜਿਹੜਾ ਨਾ ਲਿਸੈਂਸ ਕਮੰਟਰੀ ਇੱਕੋ ਹੀ ਹੋਵੇਗਾ ਤੇ ਜਿਹੜੇ ਵੀ ਗੱਡੀਆਂ ਜਿੰਨੀਆਂ ਵੀ ਜਾਣਗੀਆਂ ਬਾਹਰ ਉਹਦੀਆਂ ਨਹੀਂਆਂ ਨੇ ਸੋਤੋਰੇ ਦੀਆਂ ਉਹ ਇੱਕ ਉਹਨਾਂ ਗੱਡੀਆਂ ਅਕੋਰਡਿੰਗ ਹਰ ਗੱਡੀ ਦੇ ਲਈ ਇੱਕ ਇੱਕ ਕਾਪੀ ਕਨਫਰਮ ਹੋਣਾ ਕਰਾਈ ਹੋਵੇਗੀ ਠੀਕ ਹੈ ਤੇ ਇਹ ਕੰਦਰ पे ਸਰਦਰੇ ਤੋਂ ਸੁਪਰੀਅਰ ਹੈ ਇੰਟਰਨਲ ਦੇ ਲਈ ਯੂਰਪੀਅਨ ਯੂਨੀਅਨ ਦੇ ਵਿੱਚ ਲਾਜ਼ਮੀ ਕੀ ਹੋਣਾ ਚਾਹੀਦਾ ਹੈ ਲਿਸੈਂਸ ਕਮੰਟਰੀ ਦਰਸ਼ਕਾਂ ਨੂੰ ਪੇਰੇ ਹੋਇਆ ਉਨਾ ਇੰਪਰੀਸੇ ਦਿਆ ਟ੍ਰਾਂਸਪੋਰਟੋ ਟ੍ਰਾਂਸਪੋਰਟਾ ਟ੍ਰਾਂਸਪੋਰਟ ਇ ਕੰਪਨੀ ਜੇ ਰਿਆਟੋ ਟ੍ਰਾਂਸਪੋਰਟ ਟਸ ਆਟੋ ਟ੍ਰਾਂਸਪੋਰਟੋ ਯਾਨੀ ਗੱਡੀਆਂ ਵਿੱਚ ਸਮਾਨ ਟ੍ਰਾਂਸਪੋਰਟ ਕਰਨ ਲਈ ਪਰ ਪੋਤੇ ਰੈਫਿਤੋਆਰੇ ਟ੍ਰਾਂਸਪੋਰਟੀ ਕਦੀ ਵੀ ਟ੍ਰਾਂਸਪੋਰਟ ਕਰਨ ਲਈ ਕੋਨ ਤੋਂ ਤਰਜ਼ੀ ਦੇ ਅਕੋਰਡਿੰਗ ਕੋਨ ਵੀ ਕੋਲੀ ਪੋਰਟਾਤਾ ਸੁਪਰੀਓਰ ਹਰਦਰਦਰ ਜਿਹਦਾ ਗੱਡੀ ਦਾ ਵਜ਼ਨ ਹੈਗਾ ਸਾਰੇ ਦੰਦਰ ਸੁਪਰ ਉਪਰ ਅਲ ਇੰਟਰਨਲ ਦਲਾ ਯੂਈ ਯੂਰੋਪੀਅਨ ਯੂਨੀਅਨ ਦੇ ਵਿੱਚ ਸਫੀਸ਼ੀਐਂਟੇ ਕੀਆ ਸੀਆ ਕਨੇਸ ਕਾਫੀ ਹੈਗੇ ਸੀਆ ਸਕਰੀ ਤੋਂ ਬੰਦੇ ਦਾ ਇੰਤਰਾਜ ਹੋਇਆ ਵੈ ਲਿਖਤ ਪਰਤ ਹੋਈ ਹੋਵੇ ਆਲਬੋ ਦੇਲੀ ਆਟੋ ਟ੍ਰਾਂਸਪੋਰਟ ਤਤੋਰੀ ਆਲਬੋ ਦੇਲੀ ਆਟੋ ਟ੍ਰਾਂਸਪੋਰਟ ਤਤੋਰੀ ਕਨੇ ਕਾਫੀ ਜੇ ਨਰਾਜ ਹੋਇਆ ਤੇ ਦੇਖੋ ਜੀ ਆਲਬੋ ਆਟੋ ਟ੍ਰਾਂਸਪੋਰਟ ਤਤੋਰੀ ਹੈਗਾ ਨੈਸ਼ਨਲ ਲੈਵਲ ਦੇ ਤੇ ਜੀ ਇਹਦੇ ਤੋਂ ਲਾਵਾ ਵੀ ਅਤ੍ਰੇਸ਼ਿਓ ਨੇ ਜਿਹੜੀ ਚਾਹੀਦੀ ਹੁੰਦੀ ਹੈ ਲਾਇਸੈਂਸ ਕਮਿਟਾਰੀ ਦੀ ਲਾਇਸੈਂਸ ਕਮਿਟਾਰੀ ਦੇ ਤੋਂ ਇਲਾਵਾ ਚਾਹੀਦਾ ਇੰਟਰਨੈਸ਼ਨਲ ਦੇ ਉੱਤੇ ਲੈਵਲ ਤੇ ਟ੍ਰਾਂਸਪੋਰਟ ਕਰਨੀ ਇਸ ਕਰਕੇ ਇੱਕ ਕੁਐਸਚਨ ਫਾਲਸ ਹੋ ਪਹਿਲੇ ਕੁਐਸਚਨ ਨਾਲ ਫਿਰ ਕਨਫਿਊਜ਼ ਨਹੀਂ ਹੋਣਾ ਵੀ ਇਹਦੇ ਵੀ ਦਿਸਣ ਬੇ ਇਸਕ੍ਰਿ ਇਸਕ੍ਰਿਟੋ ਹੁਣ ਜਿਹੜਾ ਤੁਹਾਨੂੰ ਅਲਬਰੋ ਡੇਲਾ ਅਟਾ ਟ੍ਰਾਂਸਪੋਰਟਾਟੋਰੀ ਜਾਤੀ ਟੈਲਾਰੀ ਅਟ੍ਰੇਸਿਓਨੇ ਨੈਸ਼ਨਾਲੇ ਯਾਨੀ ਕਿ ਇਹ ਅਟ੍ਰੇਸਿਓਨੇ ਨੈਸ਼ਨਾਲੇ ਹੁੰਦੀ ਹੈ ਅੱਗੇ ਅਗਲਾ ਕੱਲ ਸਮਝਣ ਲਈ ਅਦੀਬੀਤੀ ਅ ਅਬਿਲੀਤਾ ਤੋਂ ਅਬਿਲੀਟੀ ਹੋਣੀ ਚਾਹੀਦੀ ਹੈ ਅਲ ਟ੍ਰਾਂਸਪੋਰਟ ਇੰਟਰਨੈਸ਼ਨਾਲੇ ਅਬਿਲੀਟੀ ਟ੍ਰਾਂਸਪੋਰਟ ਇੰਟਰਨੈਸ਼ਨਾਲੇ ਕੀ ਹੁੰਦੀ ਹੈ ਇਹ ਲਾਇਸੈਂਸ ਕੁਮਨਤਾਰੀ ਹੁੰਦੀ ਹੈ ਇਸ ਕਰਕੇ ਦਿਨ ਕਨਫਿਊਜ਼ ਕਰਕੇ ਕੁਐਸਚਨ ਅਵੇਰ ਨਹੀਂ ਕਰਨਾ ਹੈ ਵੀ ਇਹ ਕੁਐਸਚਨ ਹੈਗਾ ਫਾਲਸੋ ਇਹ ਕਹੇ ਇਹ ਇਸ ਦੇ ਵਿੱਚ ਕਹਿੰਦੇ ਨੇ ਵੇਖ ਕੇ ਕਿ ਸੂਫੀਸ਼ਾਂ ਦੇ ਕਾਫੀ ਹੈ ਯੂਰਪੀਅਨ ਯ

ਇੰਟਰਨਲ ਦੇਲਾ ਯੂਨੀਅਨ ਯੂਰੋਪੀਅਨ ਯੂਨੀਅਨ ਦੇ ਵਿੱਚ ਕੇਸੀ ਐਸਕ੍ਰੀਤੋ ਆਲਬੋ ਦੇਲੇ ਆਟੋ ਟ੍ਰਾਂਸਪੋਰਟਾਟੋਰੀ ਜੇੜੀਕੇ ਜਿਹੜਾ ਕਿ ਇੰਦਰਾਜ ਹੋਇਆ ਹੈ ਆਲਬੋ ਦੇਲਾ ਆਟੋ ਟ੍ਰਾਂਸਪੋਰਟਾਟੋਰੀ ਦੇ ਇਹਨਾਂ ਕਿ ਜਿਹੜਾ ਇੰਦਰਾਜ ਹੋਇਆ ਹੈ ਜਾਤੀ ਤੋਲਾ ਦੇ ਯਾਤਰੀ ਸਿਓਨੇ ਕਹਿੰਦੇ ਉਹ ਆਲਰੇਡੀ ਜਿਹਦਾ ਇੱਥੇ ਇੰਦਰਾਜ ਹੋਇਆ ਆਲਬੋ ਦੇਲਾ ਟ੍ਰਾਂਸਪੋਰਟਾਟੋਰੀ ਕਹਿੰਦੇ ਉਹ ਆਲਰੇਡੀ ਮਾਲਕ ਹੋਵੇਗਾ ਤੋ ਰਿਸੀਓਨੇ ਦਾ ਨਹੀਂ ਆਲਰੇਡੀ ਮਾਲਕ ਨਹੀਂ ਹੋਵੇਗਾ ਜਿਹੜਾ ਵੇ ਤੋਰੇ ਹੋਵੇਗਾ ਉਹ ਇਹਦਾ ਰਿਕੀਸਟ ਕਰੇਗਾ ਲਿਜੈਂਸ ਕਮੇਂਟਰੀ ਦਾ ਫਿਰ ਉਸ ਤੋਂ ਬਾਅਦ ਜਿੰਨੀਆਂ ਗੱਡੀਆਂ ਆਉਣਗੀਆਂ ਕਾਪੀਆ ਕਨਫਰਮ ਲਿਜੈਂਸ ਕਮੇਂਟਰੀ ਦੀ ਰਿਕੀਸਟ ਕਰਨਾ ਹੁੰਦਾ ਮਤ੍ਰਿਸ਼ੇਨ ਚ ਵੇਲੇ ਵਿੱਚੋਂ ਇਸ ਕਰਕੇ ਇਹ ਗਲਤ ਕਰਨੇ ਪਾਲਸ ਹੋਇਆ ਜਾਂ ਤੇ ਤੁਲਾਰੇ ਨਹੀਂ ਹੋ ਸਕਦਾ ਵੀ ਠੀਕ ਹੈ ਪਾਲਸੋਂ ਕਿਉਂਕਿ ਆਲਬੋਦਲੀ ਆਤ ਟ੍ਰਾਂਸਪੋਰਟਰ ਤੋਰੀ ਨੈਸ਼ਨਲ ਲੈਵਲ ਦੀ ਹੁੰਦੀ ਹੈ Che non impresa di auto-transporto e compresa di auto-transporto per poter effettuare il trasporto con totalità e con totalità di raccording che deve trasportare le città con vicoli di portata superiore alle sede del rettangolo e che la città non è superiore alle sede del rettangolo all'interno della UE di cui deve effettuare il trasporto con vicoli classe di incognimento minimo a euro 3 che non è più o ਇੱਕ ਕਲਾਸਿਕ ਇਨਕੋਨੀਮੈਂਟ ਉਹ ਯਾਨੀ ਕਿ ਅਲੂਦਗੀ ਦੀ ਜਿਹੜੀ ਉਹ ਕਲਾਸ ਹੁੰਦੀ ਹੈ ਐਵਰ ਉਤਰੇ ਕਟੋ ਕਟੋਣ ਜਿਹਦੀ ਗਲਤੀ ਨੇ ਫਾਲਸ ਹੋਇਆ ਇਹ ਯੂਰੋਪੀਅਨ ਯੂਨੀਅਨ ਦੇ ਵੀ ਟ੍ਰਾਂਸਪੋਰਟ ਕਰਨ ਲਈ ਇਹ ਇਸ ਇਸ ਲੈਵਲ ਨੂੰ ਨਹੀਂ ਦੇਖਣਾ ਹੁੰਦਾ ਕਿ ਅਲੂਦਗੀ ਦਾ ਲੈਵਲ ਕੀ ਮੰਗਦੇ ਨੇ ਗੱਡੀਆਂ ਇਹ ਲਿਜੈਂਸ ਦਾ ਕਮਿਊਨਿਟਰੀ ਹੋਣਾ ਚਾਹੀਦਾ ਹੈ ਇਹ ਅਲੂਦਗੀ ਦਾ ਲੈਵਲ ਜਿਹੜੀਆਂ ਅਗਲੀਆਂ ਕੰਟਰੀਆਂ ਨੇ ਉਹ ਕੁਝ ਕੁਝ ਕੰਟਰੀਆਂ ਮੰਗ ਸਕਦੀਆਂ ਨੇ ਸਾਰੀਆਂ ਨਹੀਂ ਮੰਗਦੀਆਂ ਹੈ ਵੀ ਐਵਰ ਉਤਰੇ ਹੋਣੀ ਚਾਹੀਦੀ ਹੈ ਗੱਡੀ ਐਵਰ ਕੁਆਟਰ ਮਿਨੀਮਮ ਹੋਣੀ ਚਾਹੀਦੀ ਹੈ ਇਹ ਤੁਹਾਨੂੰ ਜਿਹੜਾ ਇਹਦੇ ਲਈ ਅਬਿਲਟੀ ਹਾਸਲ ਕਰਨ ਲਈ ਤੁਹਾਡੇ ਕੋਲ ਚੰਦ ਕਮਨੀਤਾਰੀ ਹੋਣਾ ਚਾਹੀਦਾ ਹੈ ਨਾ ਕਿ ਇਨਕੁਨਿਨੇਮੈਂਤੋ ਕਲਾਸ ਏ ਕਲਾਸੇ ਇਨਕੁਨਿਨੇਮੈਂਤੋ ਮਿਨੀਮਾ ਅਬਰੋ ਤਰੇ ਵਗੈਰਾ ਇਹਨਾਂ ਕੋਈ ਚੱਕਰ ਨਹੀਂ ਹੈ ਇਸ ਕਰਕੇ ਗੱਲ ਕਿਨਪਾਲਸ ਹੋਇਆ ਉਹਨਾਂ ਇਮਪ੍ਰੇਸਾ ਦੀ ਤਰਾਟੋ ਟ੍ਰਾਂਸਪੋਰਟ ਉਹ ਇੱਕ ਜਿਹੀ ਕੰਪਨੀ ਹੈਗਾ ਟ੍ਰਾਂਸਪੋਰਟ ਉਹਦੀ ਪਰ ਪੋਤੇਰ ਅਫਿਤੁਆਲੇ ਟ੍ਰਾਂਸਪੋਰਟੀ ਕੋਨਟੋ ਤਰਜੀ ਕਦੀ ਵੀ ਟ੍ਰਾਂਸਪੋਰਟ ਕਰਨੀ ਕੋਨਟੋ ਤਰਜੀ ਦੇ ਅਕੋਰਡਿੰਗ ਕੋਨ ਵਿ ਕੋਲੀ ਬਰਤਾਤਾ ਸੁਪਰੀਓਰ 3.5 ਟਨ ਜੀ ਗੱਡੀ ਦਾ ਵਜ਼ਨ 3.5 ਟਨ ਤੋਂ ਉੱਪਰ ਹੈ alle interne della European Union de vich non de bhi possedere alcuni requisiti particolare kene koi khas kisam di requirement nahi honi chahidi in quanto trasporto nella ambiente della Union Unione e libro kene ve jad tu si transport karde European Union vich tu si libro azadi na kar sakde ho gal kene false hoya ਰੀਕੁਇਜ਼ੀ ਦੀ ਘਟੋਕਟ ਲਿਜੈਂਜ਼ਾ ਕਮੇਂਟਾਰੀ ਤਾਂ ਹੋਣਾ ਚਾਹੀਦਾ ਨਾ ਇਹਦੀ ਤਾਂ ਮੈਂ ਪਹਿਲੇ ਗੱਲ ਤੁਹਾਨੂੰ ਦੱਸੀ ਹੋਈ ਹੈ ਇਸ ਕਰਕੇ ਇਹ ਗੱਲ ਕਿ ਨਫਾਲਸ ਹੋਇਆ ਵੀ ਆਜ਼ਾਦੀ ਨਾਲ ਤੁਸੀਂ ਆਜ਼ਾਦਾਨਾ ਤੌਰ ਤੇ ਕਰ ਸਕਦੇ ਹੋ ਬਿਨਾਂ ਕਿਸੇ ਕਿਸੇ ਰਿਕਾਇਰਮੈਂਟ ਦੇ ਗਲਤ ਹੋ ਗਿਆ ਫਾਲਸੋ ਇਹ ਦੇਵੋਨੋ ਐਸੇ ਪ੍ਰੋਸੈਸੋ ਦੇ ਲਿਜੈਂਜ਼ਾ ਦੀ ਕਮੇਂਟਾਰੀ ਕਰਾਂ ਲਿਜੈਂਜ਼ਾ ਪ੍ਰੋਸੈਸ ਵੀ ਚ ਹੋਣਾ ਚਾਹੀਦਾ ਤੁਸੀਂ ਉਹਨੂੰ ਲਿਜੈਂਜ਼ਾ ਕਮੇਂਟਾਰੀ ਦੇ ਵਿੱਚ ਲੇਮਪਰੇ ਸੇਗੈਂਟਾਂ ਦਾ ਨੈਫਿਟੋਆਰੇ ਟ੍ਰਾਂਸਪੋਰਟੀ ਜਿਹੜੀ ਗੱਡੀਆਂ ਜਿਹੜੀ ਕੰਪਨੀਆਂਜ਼ ਕਰਦਾਂ ਚਾਹੁੰਦੀਆਂ ਨੇ ਟ੍ਰਾਂਸਪੋਰਟ ਇਨ ਫਰਾ ਯੂਰਪੀਨ ਅੱਜ ਅਜਸ਼ੂ ਨੇ ਕੁਆਲੀ ਏਜੈਂਟੀ ਪਰਲਾ ਮਾਸਾ ਸਵਾਏ ਉਹਨਾਂ ਨੂੰ ਛੱਡ ਕੇ ਜਿਹੜੇ ਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਛੂਟ ਹੈਗੀ ਵਜ਼ਨ ਦੀ ਬੇਸ ਤੇ ਹੁੰਦਾ ਠੀਕ ਹੈ ਇਨਕੇ ਹਲਕੀਆਂ ਗੱਡੀਆਂ ਜਿਵੇਂ ਕਿ 3.5 ਟਨ ਵਾਲੇ ਜਿਹੜੀ ਲੈ ਜਾਣ ਵਾਲੀਆਂ ਨੇ ਉਹ ਉਹਨਾਂ ਗੱਡੀਆਂ ਜ਼ਰੀਏ ਲੈ ਨਹੀਂ ਲਾਗੂ ਹੁੰਦਾ ਤੇ ਉਹ ਏਜੈਂਟੀ ਹੋ ਗਈ ਉਹਨਾਂ ਨੂੰ ਛੂਟ ਹੋ ਗਈ ਸੋ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੀ ਗੱਡੀਆਂ ਨੇ ਉਹਨਾਂ ਨੂੰ ਲਾਜ਼ਮੀ ਲੇਚਰ ਕਰੰਤਰੀ ਪਰ ਪੁਰਤਾਤਾ ਔਰ ਜਿਹੜਾ ਸਮਾਨ ਲੈ ਕੇ ਜਾਂਦੀਆਂ ਨੇ ਗੱਡੀਆਂ ਮਾਸਾ ਪੁਰਤਾਤਾ वजन वगैरह यह प्रतिकुलर तीजिए या फिर कुछ खास किस्म द टाइप दी खास किस्म के टाइप दी, कि दी मैं द्डियाँ दस चुके हो जिमें मैं तुम्हें पोस्त पोस्ते दी ग ठीक है ये विकोरीता नहीं गया रिपेर ती रिपेयर लिए नुकसान हो ग्डियों नो ट्रांसपोर्ट कर या फिर मासा कंपलसी बस तरटा या फिर मैडिकल मैड मेडि, मैडिसन वगैरह मेडिकल दे शोबे लिए ट्रांसपोर्ट कर दी जी चीज़ या फिर कौन को भरोपी दडिया जल छूट होंगी है ठीक है ਇੰਨਾ ਛੱਡ ਕੇ ਜੇ ਬਾਕੀ ਗੱਡੀ ਹੋਵੇਗੀ ਤਾਂ ਕੀ ਚਾਹੀਦਾ ਦੇਵੋ ਦੇਵੋ ਨੋ ਐਸਰੇ ਇਨ ਪ੍ਰੋਸੈਸੋ ਦੀ ਲੈਜੈਂਡਾ ਕਮੇਂਟਾਰੀ ਵੇਰ ਹੋਇਆ ਕਹਿੰਦੇ ਬੋਨੈ ਐਸਰੇ ਪ੍ਰੋਸੈਸੋ ਨੇ ਲੈਜੈਂਡਾ ਕਮੇਂਟਾਰੀ ਲੈਜੈਂਡਾ ਕਮੇਂਟਾਰੀ ਪ੍ਰੋਸੈਸੋ ਫਿਉਨੋ ਜੇ ਦੇਨੇ ਇਮਪ੍ਰੇਸਾ ਕੋ ਇਨਟੈਂਡਾ ਨੋ ਐਫੀਤੂਆਰੇ Tutti i trasporti internazionali ਇਮਪ੍ਰੇਸਾ ਕੰਪਨੀਆਂਜ਼ ਕੀ ਇਨਟੈਂਡਾ ਨੋ ਜਿਹੜੀ ਖਿਆਰ ਰੱਖਦੀ ਆ ਨੇ ਐਫੀਤੂਆਰੇ ਕਰਨ ਦੀ Tutti i trasporti internazionali ਜਿਹੜੀ ਟ੍ਰਾਂਸਪੋਰਟ ਇੰਟਰਨੈਸ਼ਨਲ ਲੈਵਲ ਤੇ ਕਰਨਾ ਚਾਹੁੰਦੇ ਨੇ ਵੇਰ ਹੋਇਆ ਇੰਟਰਨੈਸ਼ਨਲ ਇਦੋਂ ਨਾਮ ਦੱਸਿਆ ਕਿ ਦੋ ਕਿਸ ਸੰਧਾਂਦੇ ਇੱਕ ਯੂਰਪੀ ਯੂਨੀਅਨ ਵਿੱਚ ਇੰਟਰਨੈਸ਼ਨਲ ਹੁੰਦਾ ਹੈ ਔਰ ਇੱਕ ਯੂਰਪੀ ਯੂਨੀਅਨ ਦੇ ਬਾਹਰ ਇੰਟਰਨੈਸ਼ਨਲ ਹੁੰਦਾ ਹੈ ਯੂਰਪੀ ਯੂਨੀਅਨ ਵਿੱਚ ਇੰਟਰਨੈਸ਼ਨਲ ਤੁਸੀਂ ਕਰਨਾ ਹੈ ਨਾ ਜਿਵੇਂ ਇੱਥੇ ਕਰ ਲੈ ਗਏ ਨੇ ਇਹਦੇ ਲਈ ਲਾਇਸੈਂਸ ਕਮੇਂਟਾਰੀ ਚਾਹੀਦਾ ਹੁੰਦਾ ਹੈ ਵੇਰ ਹੋਇਆ ਯੂਰਪੀ ਯੂਨੀਅਨ ਦੇ ਬਾਹਰ ਕਰਨਾ ਹੋਵੇ ਤਾਂ ਦੂਲੀ ਹੋਰ ਡਾਕੂਮੈਂਟ ਚਾਹੀਦੇ ਦਿੰਦੇ ਨੇ ਕਹਿੰਦੇ ਇਹ ਦੇਵੋਨੋ ਐਸਰੇ ਇਨ ਪ੍ਰੋਸੈਸੋ ਦੀ ਲਿਚੈਂਜ਼ਾ ਕਮੇਂਟਾਰੀ ਲਿਚੈਂਜ਼ਾ ਕਮੇਂਟਾਰੀ ਦੇ ਪ੍ਰੋਸੈਸੋ ਵਿੱਚ ਹੋਣਾ ਚਾਹੀਦਾ ਹੈ ਇੰਪ੍ਰੈਸਾ ਕਿ ਇਨਟੈਂਡਾਨੋ Effettuare tutti i trasporti i giudici, i compagni, i indiani, i sari transporti, i interni della Unione Europea, i European Union, i regolari, i European Union, i curoguinetti di transporti, i feretuano, i servi, lecenza comunitaria, i de, i rischi, i verrea. Cannè davano essere in processo, la mia process, i feretuano, i lecenza comunitaria, i impresse, i compagni, i che intendano effettuare, i transporti, i regime, di in processo, i lecenza comunitaria, ਕਨੇਨ पे जेडी ਕੰਪਨੀਆਂ ਕਰਨਾ ਚਾਹੁੰਦੀਆਂ ਨੇ ਟ੍ਰਾਂਸਪੋਰਟ ਉਹ ਟ੍ਰਾਂਸਪੋਰਟ ਜਿਹੜੀ ਕਿ ਰਜਿਮੇ ਦੀ ਯਾਨੀ ਕਿ ਇਹ ਜਿੱਥੇ ਲਿਜੈਂਡਾ ਕਮੇਂਟਾਰੀ ਦੀ ਹਦੂਦ ਨੇ ਨਾ ਹਦੂਦ ਕੋਈ ਨਹੀਂ ਉਹਦੇ ਅੰਡਰ ਕਰਨਾ ਚਾਹੁੰਦੀਆਂ ਨੇ ਯਾਨੀ ਕਿ ਯੂਰਪੀਅਨ ਯੂਨੀਅਨ ਦੀ ਗੱਲ ਹੋ ਰਹੀ ਹੈ ਨਾ ਇਮਪਰੇਸੇ ਕਿੰਟੈਂਡਾ ਲਫਿਟੋਾਰੇ ਟੂਤੀ ਟ੍ਰਾਂਸਪੋਰਟੀ ਇਨਫਰਾ ਪੀਰ ਓਰਜੀਨੀਆ ਸਾਰੀ ਕੰਪਨੀਆਂ ਟ੍ਰਾਂਸਪੋਰਟ ਕਰਨੀ ਚਾਹੁੰਦੀਆਂ ਨੇ ਤੀਰ ਦੇ ਅੰਡਰ ਵੀ ਤਰੁਸਕਿਨ ਵੀ ਹੋ ਰਿਹਾ ਯਾਰ ਤੀਰ ਨੂੰ ਕਿਉਂਕਿ ਯੂਰਪੀਅਨ ਯੂਨੀਅਨ ਦੀ ਕੰਟਰੀਜ਼ ਵੀ ਮੰਨਦੀਆਂ ਨੇ ਇਸ ਕਰਕੇ ਜੇ ਤੀਰ ਨੂੰ ਉਹ ਟੀਰ ਇਨਰ ਕੰਟਰੀ ਚ ਲਾਗੂ ਹੁੰਦਾ ਹੈ ਤਾਂ ਉੱਥੇ ਵੀ ਤੁਸੀਂ ਟਰਾਂਸਪੋਰਟ ਕਰੋ ਜਿੱਥੇ ਯੂਰਪੀਅਨ ਯੂਨੀਅਨ ਦੀਆਂ ਕੰਟਰੀਆਂ ਨੇ ਜਿੱਥੇ ਲਾਇਸੈਂਸ ਰਕਮਤਾਰੀ ਵੀ ਜਿੱਥੇ ਚੱਲ ਜਾਂਦਾ ਹੈ ਤੇ ਉਹਨਾਂ ਕੰਟਰੀਆਂ ਵਿੱਚ ਤੁਸੀਂ ਤੁਹਾਨੂੰ ਲਾਇਸੈਂਸ ਰਕਮਤਾਰੀ ਦੇ ਪ੍ਰੋਸੈਸ ਵਿੱਚ ਹੋਣਾ ਵੀ ਲਾਜ਼ਮੀ ਹੈ ਵੇਰ ਹੋਇਆ ਦੇਵਨੋ ESRO ਪ੍ਰੋਸੈਸ ਪ੍ਰੋਸੈਸੋ ਦੀ ਲਾਇਸੈਂਸ ਰਕਮਤਾਰੀ ਲਾਇਸੈਂਸ ਰਕਮਤਾਰੀ ਪ੍ਰੋਸੈਸ ਵਿੱਚ ਹੋਣਾ ਜੀ ਤੇ ਤੁਹਾਨੂੰ ਲੈਂਪਰੇਜ਼ੇ ਕੰਪਨੀਆਂਜ਼ ਕੇ ਇੰਟਰਨੈਸ਼ਨਲ ਫਿਤਵਾ ਟ੍ਰਾਂਸਪੋਰਟ ਇੰਟਰਨੈਸ਼ਨਲ ਜਿਹੜੀ ਕੰਪਨੀਆਂਜ਼ ਟ੍ਰਾਂਸਫਰ ਕਰਦੇ ਨੇ ਇੰਟਰਨੈਸ਼ਨਲ ਲੈਵਲ ਤੇ ਹਫਿਤਵਾਤੀ ਇਨ ਟੂਤੀ ਪਾਹੀ ਦੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਸਾਰੀ ਕੰਪਨੀ ਮੂਲਕਾਂ ਵਿੱਚ ਕਿ ਹਾਨੋ ਅਦੇਰੀ ਤੋਂ ਚੈਮਤ ਜਿਨ੍ਹਾਂ ਨੇ ਚੈਮਤ ਨੂੰ ਅਪਣਾਇਆ ਹੋਇਆ ਕਾਨਫਰੈਂਸ ਐਵਰੋਪੀ ਦੀ ਮਿਨਿਸਟਰ ਟ੍ਰਾਂਸਪੋਰਟ ਕੋਈ ਜਿਹੜਾ ਕਿ ਚੈਮਤ ਕਾਨਫਰੈਂਸ ਐਵਰੋਪੀ ਦੀ ਮਿਨਿਸਟਰ ਟ੍ਰਾਂਸਪੋਰਟ ਦੀ ਜਿੰਨੇ ਜਿਹੜੇ ਕੰਟਰੀਜ਼ ਨੂੰ ਮੰਨਦੀਆਂ ਨੇ ਜਿਹੜੇ ਜਿਹੜੇ ਯੂਰਪੀਅਨ ਕੰਟਰੀ ਵੀ ਤੇ ਇਹਨੂੰ ਮੰਨਦੀਆਂ ਨੇ ਨਾ ਤੇ ਜੇ ਇਹਨਾਂ ਕੰਟਰੀ ਯੂਰਪੀਅਨ ਕੰਟਰੀ ਵਿੱਚ ਤੁਸੀਂ ਟ੍ਰਾਂਸਪੋਰਟ ਕਰਦੇ ਤੇ ਲਿਜੈਂਸਿੰਗ ਕਮੰਟਰੀ ਤੇ ਪ੍ਰੋਸੈਸ ਵੀ ਚੋਣਾ ਫਿਰ ਲਾਜ਼ਮੀ ਹੈ ਵੇਰ ਹੋਇਆ ਕਿੰਨੇ ਪਿਆਲਾ ਇੰਟਰਨਲ ਦੇ ਲ ਯੂਨੀਅਨ ਯੂਰਪੀਅਨ ਯੂਨੀਅਨ ਦੇ ਵਿੱਚ ਇਹ ਇਲ ਟ੍ਰਾਂਸਪੋਰਟੋ ਦੀ ਕੋਜ਼ੇ ਸਟਾਟੀ ਮੈਂਬਰੀ ਐ ਵੀਅਨੀ ਅਟ੍ਰਿਵਰਸੋ ਲਾ ਲਿਜੈਂਜ਼ਾ ਕਮੰਡਾਰੀਆ ਕਿੰਨੇ ਪੇ ਸਟਾਟੀ ਮੈਂਬਰੀ ਯੂਰਪੀਅਨ ਯੂਨੀਅਨ ਵਿੱਚ ਤੁਸੀਂ ਟ੍ਰਾਂਸਪੋਰਟ ਕਰਦੇ ਚੀਜ਼ਾਂ ਅਵੀਨੀ ਯਾ ਤਰਵਰਸੋ ਤੁਸ ਕਰ ਸਕਦੇ ਹੋ ਥਰੂ ਲਚੈਂਦਾ ਅਲਾ ਲਿਚੈਂਦਾ ਕਮੇਂਟਾਰੀ ਲਿਚੈਂਦਾ ਕਮੇਂਟਾਰੀ ਦੇ थ्रू ਕਰ ਸਕਦੇ ਹੋ ਦਰੁਸਕਾਂ ਬੇਵਰਿਆ ਯੂਰਪੀਨ ਯੂਨੀਅਨ ਵਿੱਚ ਲਚੈਂਦਾ ਕਮੇਂਟਾਰੀ ਤਾਂ ਲਾਜ਼ਮੀ ਚਾਹੀਦਾ ਹੀ ਹੈ ਇਸ ਕਰਕੇ ਬੇਰੋ ਆ ਗਣੇ ਬੇ ਅਲਾ ਇੰਟਰਨਾ ਦਲਾ ਏਵਰੋਪਾ ਯੂਰਪੀਨ ਯੂਨੀਅਨ ਦੇ ਵਿੱਚ ਯੂਨੀ ਏਵਰੋਪਾ ਇਕੰਦੁਚੈਂਤੇ ਡਰਾਈਵਰ ਜਿਹੜਾ ਨੈਲਕਾਜ਼ੋਸੀਆ ਚਿਤਾਦੀਨੋ ਦੀ ਉਨਾ ਪਾਈਜ਼ੇ ਦੇ ਡਿਵਰਸੋ ਦਲਾ ਕੰਫਰੈਂਸਾ ਸਵਿਜ਼ੇਰੀਆ ਕੈਨੇਡ ਜੇ ਡਰਾਈਵਰ ਜਿਹੜਾ ਸਿਟੀਜ਼ਨ ਹੈਗਾ ਸ ਸਵਿਟਜ਼ਰਲੈਂਡ ਤੋਂ علاوہ ਕਿਸ ਹੋਰ ਦਾ ਦਾ ਕੁਆਲੀ ਮੈਂਬਰੀ ਦੇਲਾ ਯੂਈ ਯੂਰਪੀ ਯਾਨੀ ਕਿ ਕਿਸੇ ਹੋਰ ਹੀ ਮੁਲਕ ਦਾ ਜਿਹੜਾ ਕਿ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਉਹ ਦਾ ਲਾ ਐਸ ਏ ਏ ਜਾਂ ਫਿਰ ਸਪਾਜ਼ ਇਕਨੋਮੀ ਕੋ ਪਰ ਅਵਰੋਪਾ ਦਾ ਮੈਂਬਰ ਹੈ ਦੇਵੇ ਐਸਰੇ ਪ੍ਰੋਸੈਸੋ ਦਲਾ ਅਟਿਸਟਾਟੋ ਦਲਾ ਕੰਦੂ ਇਨ ਦੀ ਕੰਦੂ ਚੈਂਤੇ ਕਿੰਨੇ ਵੀ ਉਹਨਾਂ ਨੂੰ ਜਿਹੜਾ ਇਤਿਹਾਸਤਦੁਲਗੰਦ ਚੈਂਤ ਯਾਨੀ ਕਿ ਡਾਕਟਰ ਡਰਾਈਵਰ ਦੇ ਨਾਤੇ ਹੁੰਦਾ ਹੈ ਡਾਕੂਮੈਂਟੇਸ਼ਨ ਉਹਦੀ ਬਣੀ ਹੋਈ ਜਾਂਦੀ ਹੈ ਇਹਦਰਸ ਕੈਂਪੀਅਰ ਹੋਇਆ ਹੈ ਐ ਕਿਨੇ ਵੀ ala interna della Unione Europea Union ਦੇ ਵਿੱਚ ਅ ਗਰੰਟੀਤਾ ਲਾ ਲਿਬਰਤਾ ਦੀ ਪ੍ਰਸਤਾਜ਼ਿਓਨੇ ਦਲਾ ਸਰਵਿਜੀਓ ਦੇ ਟ੍ਰਾਂਸਪੋਰਟੋ ਕਨੇ ਆਜ਼ਾਦੀ ਨਾਲ ਤੁਸੀਂ ਗਾਰੰਟੀ ਡੈਕ ਆਜ਼ਾਦੀ ਦੇ ਨਾਲ ਯੂਰਪੀਅਨ ਯੂਨੀਅਨ ਦੇ ਵਿੱਚ ਤੁਸੀਂ ਸਰਵਿਸ ਦਾ ਫਾਇਦਾ ਉਠਾ ਸਕਦੇ ਹੋ ਆਜ਼ਾਦੀ ਦੇ ਨਾਲ ਟਰਾਂਸਪੋਰਟ ਕਰਨ ਵਾਲੀ ਐਟ੍ਰਿਵਰਸ ઓਰ ਰਿਲਾਸ਼ੀਆਤ ਦਲਾ ਲਿਚੈਂਜ਼ਾ ਕਮੁਨਟਾਰੀ ਲਿਚੈਂਜ਼ਾ ਕਮੁਨਟਾਰੀ ਦੇ ਨਾਲ ਦਰੋਸਿਕਨ ਪਿਵਰਾਇ ਲਿਚੈਂਜ਼ਾ ਕਮੁਨਟਾਰੀ ਦੇ ਨਾਲ ਤੁਸੀਂ ਸੋਰੀ ਯੋਰਬੀਨਿਨ ਦੇ ਵਿੱਚ ਆਸਾਨਾ ਟਰਾਂਸਪੋਰਟ ਕਰ ਸਕਦੇ ਹੋ ਇਹ ਲੈਂਟਰਨ ਦਲਾ ਯੂਨੀਅਰ ਪੋਯੋਰਬੀਨਿਨ ਦੇ ਵਿੱਚ ਇਲ ਟਰਾਂਸਪੋਰਟੋ ਕੋ ਦੇ ਤ੍ਰਸਤਾਤੀ ਮੈਂਬਰੀ ਐਵੀਨੀ ਐਟ੍ਰਿਵਰਸੋ ਲਿਚੈਂਜ਼ਾ ਚੈਮਾਤ ਕਨਨ ਬੇ ਇਹ ਯੂਰੋਪੀਅਨ ਯੂਨੀਅਨ ਵਿੱਚ ਤੁਸੀਂ ਟ੍ਰਾਂਸਪੋਰਟ ਕਰਨਾ ਤਾਂ ਕੀ ਹੋਵੇਗਾ ਲਿਚੈਂਜ਼ਾ ਚਹਿਮਤ ਇਸਤੇਮਾਲ ਹੋਵੇਗਾ ਸਟੈਟਿਕ ਮੈਮਰੀ ਦੀ ਸਟੈਟਿਕ ਮੈਮਰੀ ਯੂਰੋਪੀਅਨ ਯੂਨੀਅਨ ਦੇ ਵਿੱਚ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਤਾਂ ਫਿਰ ਤੁਹਾਡੇ ਕੋਲ ਲਿਚੈਂਜ਼ਾ ਚਹਿਮਤ ਨਹੀਂ ਲਿਚੈਂਜ਼ਾ ਕਮਿਊਨਿਟਾਰੀ ਹੋਣੀ ਚਾਹੀਦੀ ਹੈ ਠੀਕ ਹੈ ਸਰ ਕੇ ਫਾਲਸੋ ਅਲ ਇੰਟਰਨੈਟ ਡੇਲਾ ਯੂਨੀਓ ਯੂਰੋਪੀਅਨ ਯੂਨੀਅਨ ਦੇ ਵਿੱਚ ਗਰੰਟੀ ਦਾ ਦੀ ਬਰੇਜਾਤਾ ਪ੍ਰੇਸਟਾਸੀਓਨੇ ਡੇਲਾ ਸਰਵਿਜ਼ੇ ਦੀ ਟ੍ਰਾਂਸਪੋਰਟ ਦਾ ਤ੍ਰਿਵਰਸੋ ਦੀ ਰਿਲਾਸ਼ੀਆ ਤੁਦਲ ਅਜੈਂਜ਼ਾ ਕਨਨ ਬੇ ਹੋ ਸਕਦਾ ਮੌਕਨ ਇਹ ਤੁਸੀਂ ਇਸ਼ੂ ਹੋਇਆ ਤੁਹਾਡਾ ਲਿਚਨ ਦਾ ਚਿਆਮਤ ਯੂਰਪੀ ਯੂਨੀਅਨ ਵਿਲੇਚ ਚਿਆਮਤ ਨਹੀਂ ਚਾਹੀਦਾ ਵੀ ਯੂਰਪੀ ਯੂਨੀਅਨ ਦੇ ਲਈ ਲਿਚਨ ਦਾ ਕਮਿਊਨਿਟੀ ਆਰ ਚਾਹੀਦੀ ਕਮਿਊਨਿਟਾਰੀ ਚਾਹੀਦਾ ਹੁੰਦਾ ਇਸ ਕਰਕੇ ਇਹ ਵੀ ਗਲਤੀ ਨੇ ਫਾਲਸ ਹੋਇਆ ਅਲਾ ਇਨਟਰਨਾ ਡੈਲਾ ਯੂਨੀਅਰ ਯੂਰੋਪਾ ਯੂਰਪੀ ਯੂਨੀਅਨ ਦੇ ਵਿੱਚ ਪਰਕਾਂ ਦੂ ਚੈਂਤੇ ਇ obbligatorio la attestato del dicanducente driver ਨੂੰ ਯੂਰਪੀ ਯੂਨੀਅਨ ਵਿੱਚ ਲਾਜ਼ਮੀ ਹੈਗੇ ਇਹ ਤਾਸਤੋ ਦਲ ਕਾਂ ਦੂ ਚੈਂਤੇ ਨਾਲ ਜੀ ਦੇ ਗਲਤੀ ਨੇ ਫਾਲਸ ਹੋਇਆ ਜਦ ਸਵਿਜ਼ੇਰੀਆ ਵਿੱਚ ਆਏਗਾ ਨਾ ਡਰਾਈਵਰ ਤਾਂ ਉਹਦੇ ਲਈ ਕਿਉਂਕਿ ਸਵਿਜ਼ੇਰੀਆ ਜਿਹੜਾ ਹੈ ਉਹ ਏ ਯੂਰਪੀਅਨ ਯੂਨੀਅਨ ਨੂੰ ਛੱਡ ਕੇ ਐਫਤਾ ਦਾ ਪਾਰਟ ਹੈ ਠੀਕ ਹੈ ਐਫਤਾ ਦਾ ਯੂਰਪੀਅਨ ਯੂਨੀਅਨ ਦਾ ਪਾਰਟ ਹੈ ਔਰ ਐਫਤਾ ਦੇ ਵਿੱਚ ਕੁਝ ਕਾਨੂੰਨ ਨੂੰ ਨਾਮ ਐਫਤਾ ਦੇ ਵਿੱਚ ਜਿਹੜਾ ਕਿ ਕੰਟਰੀਆਂ ਨੇ ਉਹ ਸਾਰੀਆਂ ਸਪਾਜ਼ੀ ਇਕਨੋਮਿਕ ਐਵਰੋਪਾ ਦੇ ਵਿੱਚ ਆਉਂਦੀਆਂ ਨੇ ਲੇਕਿਨ ਸਵਿਜ਼ੇਰੀਆ ਜਿਹੜਾ ਸਪਾਜ਼ੀ ਇਕਨੋਮਿਕ ਯੂਰੋਪੀਆ ਦੇ ਵਿੱਚ ਵੀ ਨਹੀਂ ਆਉਂਦਾ ਇਸ ਕਰਕੇ ਉਹਦੇ ਵੀ ਜਿਹੜੀ ਕੰਟਰੀ ਆਵੇਗੀ ਨਾ ਬਾ ਉਹਨੂੰ ਚਾਹੀਦਾ ਹੈ ਅਲੱਗ ਇਸ ਕਰਕੇ ਉਹਨੂੰ ਚਾਹੀਦਾ ਉਸ ਉਹਨੂੰ ਚਾਹੀਦੇ ਕਿ ਉਹਦੇ ਨਾਂ ਤੇ ਡਰਾਈਵਰ ਦੇ ਨਾਂ ਤੇ ਸਭ ਕੁਝ ਹੋਣਾ ਚਾਹੀਦਾ ਹੈ ਯੂਰਪੀਅਨ ਯੂਨੀਅਨ ਦੇ ਵਿੱਚ ਲਿਜੈਂਡਾ ਕਮਿਟਾਰੀ ਕਾਫੀ ਹੁੰਦਾ ਇਸ ਕਰਕੇ ਫਾਲਸ ਹੁੰਦਾ ਕਿ ਗੱਲ ਲਿਜੈਂਡਾ ਕਮਿਟਾਰ ਜਿਹੜਾ ਵਿਤੋਰੇ ਦੇ ਨਾਂ ਤੇ ਹੁੰਦਾ ਹੈ ਕਿਨਾਂ ਪਰ ਇਹ ਨਾ ਟ੍ਰਾਂਸਪੋਰਟ ਮਰਜੀ ਟਰਾਈਟਾਲੀਆ ਪੋਲਾਨੀਆ ਕਣ ਟ੍ਰਾਂਸਪੋਰਟ ਕਰਨੀ ਸਮਾਨ ਇਟਲ ਇਟਲੀ ਤੋਂ ਪੋਲੋਂਡ ਦੇ ਵਿੱਚ ਨਿਸ਼ਾਰਿਕ ਲਿਜੈਂਸ ਕਮੰਟਰੀ ਲਿਚੰਦਰ ਕਮੰਟਰੀ ਜਾਈਦਾ ਵੈਰ ਹੋਇਆ ਕਿਉਂਕਿ ਯੂਰਪ ਤੋਂ ਯੂਰਪ ਜਾ ਰਿਹਾ ਨਾ ਯੂਰਪੀਅਨ ਯੂਨੀਅਨ ਦੇ ਵਿੱਚ ਤੁਸੀਂ ਟ੍ਰਾਂਸਪੋਰਟ ਕਰ ਰਹੇ ਹੋ ਤੇ ਫਿਰ ਕੀ ਜਾਈਦਾ ਲਿਚੰਦਰ ਕਮੰਟਰੀ ਜਾਈਦਾ ਵੈਰ ਹੋਇਆ ਪਰ ਇਹ ਉਹਨਾਂ ਟ੍ਰਾਂਸਪੋਰਟ ਦੀ ਮਰਚੀ ਟਰ ਇਟਾਲੀਆ ਈ ਪੋਲੋਨੀਆ ਇਟਲੀ ਵਿੱਚੋਂ ਪੋਲੋਂਡ ਦੇ ਵਿੱਚ ਟ੍ਰਾਂਸਪੋਰਟ ਕਰਨੀ ਨੋਨ ਸਰਵੇ ਨੋਨ ਸੂਨਾ ਤਰੇਸ਼ਿਓ ਨੇ ਕਿਨੇ ਕੋਈ ਕਿਸੇ ਕਿਸਮ ਦੀ ਯਾਤਰਾਸ਼ਿਓ ਨੇ ਨਹੀਂ ਚਾਹੀਦੀ ਫਾਲਸ ਹੋ ਗਿਆ ਥੀ ਕਿਉਂ ਨਹੀਂ ਚਾਹੀਦੀ ਐਟਰੀਸ਼ਿਓਨੇ ਐਟਰੀਸ਼ਿਓਨੇ ਲੈਚਾਂਦਾ ਕਮੈਂਟਾਰਾ ਚਾਹੀਦਾ ਹੁੰਦਾ ਕਮੈਂਟਾਰੀਓ ਇਸ ਕਰਕੇ ਫਾਲਸ ਟ੍ਰਾਂਸਪੋਰਟ ਐਮਰਜੀ ਵਰਾਤਾ ਅਟਰਾ ਇਟਾਲੀਆ ਇਟਲੀ ਵਿਚ ਇਸ ਸਮਾਰਟ ਟ੍ਰਾਂਸਪੋਰਟ ਕਰਨ ਲਈ ਇਹ ਇਪੋਲਾਨੀਆ ਪੋਲੈਂਡ ਦੇ ਵਿੱਚ ਸਾਰੇ ਐਟਰੀਸ਼ਿਓਨੇ ਬਿਲੇਟਰਲ ਬਿਲੇਟਰਲ ਦੇ ਕੋਈ ਦੋ ਮੁਲਕਾਂ ਦੀ ਆਪਸ ਵਿੱਚ ਇੱਕੋਰਦੋ ਹੁੰਦੀ ਹੈ ਜਿਵੇਂ ਕਿ ਇਟਲੀ ਦਾ ਮੰਨ ਲਓ ਅਲਬਾਨੀਆ ਦੀ ਹੈ ਠੀਕ ਹੈ ਇਹਨਾਂ ਦੇ ਕੁਝ ਮੁਵਾਹਦੇ ਹੋਏ ਨੇ ਇੰਪੋਰਟ ਐਕਸਪੋਰਟ ਦੇ ਜਿਹੜੇ ਫ੍ਰੀ ਨੇ ਇੱਕ ਦੂਜੇ ਨਾਲ ਇਹ ਦੋ ਮੁਲਕਾਂ ਦੀ ਇੱਕ ਅਕੋਰਦੋਂ ਆਉਂਦੀ ਹੈ ਇਹ ਹੋਰ ਮਲਟੀਲੇਟਰਲ ਇਹ ਬੀਲੇਟਰਲ ਇਹ ਹੋਰ ਚੀਜ਼ਾਂ ਨੇ ਇਸ ਕਰਕੇ ਇਹਨਾਂ ਦਾ ਤੱਲਕ ਪੋਲਾਨੀਆ ਇਟਾਲੀਆ ਨਾਲ ਨਹੀਂ ਹੈ ਕਿਉਂਕਿ ਪੋਲਾਨੀਆ ਇਟਾਲੀਆ ਜਿਹੜੇ ਨਾ ਇਹ ਯੂਨੀਅਨ ਯੂਰੋਪੀਅਨ ਕਨਵੈਨਸ਼ਨ ਨੂੰ ਮੰਨਦੀ ਹੈ ਇਹ ਹੋਰ ਕਨਵੈਨਸ਼ਨ ਹੈ ਇਸ ਕਰਕੇ ਇੱਥੇ ਬੀਲੇਟਰਲ ਦੀ ਲੋੜ ਨਹੀਂ ਹੈ ਫਾਲਸੋ ਕਹਿੰਦੇ ਪਰ ਟ੍ਰਾਂਸਪੋਰਟ ਮਰਜੀਂ ਦਾ ਇਟਾਲੀਆ ਪੋਲਾਨੀਆ ਇਹ ਟਿੱਡਲੀ ਵੀ ਪੋਲਨ ਟ੍ਰਾਂਸਪੋਰਟ ਕਰਨੀ ਨੇ ਸਾਰੀ ਯਾਤਰਾ ਇਸੋ ਨੇ ਚਿਆ ਮਤ ਕਹਿੰਨੇ ਚਿਆ ਮਤ ਦੀ ਲੋੜ ਹੁੰਦੀ ਹੈ ਦੇਖੋ ਯੂਰਪੀਅਨ ਯੂਨੀਅਨ ਦੇ ਵਿੱਚ ਚਹਿਮਤ ਦੀ ਲੋੜ ਨਹੀਂ ਹੁੰਦੀ ਐ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਤੁਹਾਡੇ ਕੋਲ ਕਾਫੀ ਹੈ ਲਿਚੰਦਾ ਕਮੈਂਟਰੀ ਹੈ ਤੇ ਇਨਾਫ ਹੈ ਇਦਤ ਵੱਦ ਕੋਈ ਸ਼ੈ ਨਹੀਂ ਚਾਹੀਦੀ ਐ ਵੀ ਚਹਿਮਤ ਜਿਹੜਾ ਆਂਦਾ ਐ ਇੱਕ ਕਨਵੈਨਸ਼ਨ ਹੁੰਦੀ ਐ ਜਿਹੜੀ ਕਿ ਯੂਰਪੀਅਨ ਯੂਨੀਅਨ ਜਿੱਦੇ ਪਰ ਅਸੀਂ ਆ ਗਏ ਇਸੇ ਚੈਪਟਰ ਦੇ ਵਿੱਚ ਡਿਟੇਲ ਦੇ ਨਾਲ ਸਭ ਕੁਝੀਚੀ-ਵੀਚੀ ਦਿਖੋਲਾਂਗੇ ਸਾਰੇ ਕੁਐਸਚਨ ਇਹਦੇ ਪੜਾਂਗੇ ਤੇ ਇਹਦਾ ਯੂਰਪੀਅਨ ਯੂਨੀਅਨ ਤੋਂ ਬਾਹਰ ਜਿਹੜੀ ਕੰਟਰੀਜ਼ ਹੁੰਦੀਆਂ ਨੇ ਕਈ ਜਿਵੇਂ ਕਿ ਇੰਡੀਆ ਵੀ ਆ ਉਹ ਵੀ ਚਹਿਮਤ ਦੇ ਕਨਵੈਨਸ਼ਨ ਨੂੰ ਮੰਨਦਾ ਹੋਇਆ ਠੀਕ ਐ ਤੇ ਇਹਦਾ ਇਹਨਾਂ ਕੋਈ ਤਲਕ ਨਹੀਂ ਹੈ ਇਹ ਯੂਰਪੀਅਨ ਯੂਨੀਅਨ ਦੇ ਬਾਹਰ ਕੰਟਰੀਆਂ ਨੇ ਉਹ ਵੀ ਇਸ ਕਨਵੈਨਸ਼ਨ ਨੂੰ ਮੰਨਦੀ ਨਹੀਂ ਸਰ ਕੇ ਫਾਲਸ ਹੋ ਆਬੋਰਦੇ ਵੀ ਗੋਲੀ ਟ੍ਰਾਂਸਪੋਰਟੋ ਦੀ ਮਰਚੀ ਕੋਨ ਤੋਂ ਤਰਜ਼ੀ ਜਿਹੜੀ ਗੱਡੀਆਂ ਟ੍ਰਾਂਸਪੋਰਟ ਕਰਦੀਆਂ ਸਮਾਨ ਕੋਨ ਤੋਂ ਤਰਜ਼ੀ ਦੇ ਅਕੋਰਡਿੰਗ ਇਨ ਅੰਬੀਅੰਟ ਦੇ ਯੂਈਐਸਈਈ ਕਨਫੈ ਫੈਡਰੇਸ਼ਨੇ ਸੁਇਜ਼ੇਰੀਆ ਜਿਹੜੀਆਂ ਕਿ ਕੰਟਰੀਆਂ ਹੈ ਨੇ ਟ੍ਰਾਂਸਪੋਰਟ ਕਰਨ ਲਈ ਸਮਾਨ ਕੋਨ ਤੋਂ ਤਰਜ਼ੀ ਜਿਹੜੀ ਨੇ ਦੇ ਅਕੋਰਡਿੰਗ ਅੰਬੀਅੰਟ ਯੂ ਯੂਰਪੀਅਨ ਯੂਨੀਅਨ ਵਿੱਚ ਐਸ ਈ ਈ ਸਪਾਸੀਓ ਇਕਨੋਮਿਕ ਅਵਰੋਪੀਆ ਵਿੱਚ ਕੌਨਫੀਡਰੇਸ਼ਨ ਐਸ ਵਿਜ਼ੇਰੀਆ ਉਹ ਸਵਿਟਜ਼ਰਲੈਂਡ ਦੀ ਜਿਹੜੀ ਕੰਟਰੀ ਹੈ ਇਹਦੇ ਵਿੱਚ ਦੇਵੇ ਤਰਵਾਰ ਸੀ ਲਾਜ਼ਮੀ ਹੈ ਲੈਣਾ ਚਾਹੀਦਾ ਕਾਪੀਆ ਸਰਟੀਫਿਕੇਸ਼ਨ ਹੈ ਕਨਫਰਮ ਮਤਲਬ ਲਾ ਲਿਚਨਸ ਕਮੈਂਟਾਰੀਆ ਕਿਨੇ ਨਗੜੀ ਵਿੱਚ ਇਹਨਾਂ ਇਹਦੇ ਟ੍ਰਾਂਸਪੋਰਟ ਕਰਨ ਲਈ ਚੀਜ਼ਾਂ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਲਿਚਨਸ ਦਾ ਕਮੈਂਟਾਰੀਆ ਦਰਸ਼ਕਾਂ ਪੇਵੇ ਰਿਹਾ A bordo dei piccoli trasporti di merci conto per terzi, conto in <coughs> ambiente UE, in Europa, in spazio economico europeo, in cui le confederazioni, come la Svizzera e la Svizzera, dovrebbero trovarsi i contrasigni certificazione creativa, che certificazione carta verde che che a livello ਕੋਨ ਐਸਟੈਂਸ਼ਨ ਇੰਟਰਨੈਸ਼ਨਲ ਐਸਟੈਂਸ਼ਨ ਇੰਟਰਨੈਸ਼ਨਲ ਕਿਹੜਾ ਹੁੰਦਾ ਹੈ ਇੰਟਰਨੈਸ਼ਨਲ ਲੈਵਲ ਦੀ ਘਰਤਾ ਵੇਰ ਦੇ ਕੰਨੇ ਇੰਸ਼ੋਰੈਂਸ ਹੁੰਦੀ ਹੈ ਉਹ ਹਣ ਜੀ ਦੀ ਤੁਹਾਡੇ ਕੋਦਰਿਸ ਕਨ ਪੇਰ ਹੋਇਆ ਐਬੋਰਡ ਵਿਕੋਲੀ ਟ੍ਰਾਂਸਪੋਰਟ ਇਮਰਜੀ ਕੋਨ ਕੋਰਡੋ ਤਰਜੀ ਐ ਐਮਬੀ ਐਂਡ ਯੂਈਐਸਈਈ ਕਨਫੈਡਰੇਸ਼ਨੇ ਸੁਇਜ਼ੀਰੀਆ ਸੁਇਜ਼ਲੈਂਡ ਦੇ ਵਿੱਚ ਟ੍ਰਾਂਸਪੋਰਟ ਵਿੱਚ ਟ੍ਰਾਂਸਪੋਰਟ ਕਰ ਲਈ ਦੇ ਵੀ ਤਰਾਰ ਸੀ ਫਕੋਲਟਾਟਿਵਾ ਕਰਤੇ ਜਿਕਸ਼ਨ ਹੈ ਕਹਿੰਦੇ ਫਕੋਲਟਾਟਿਵਾ ਮਰਜ਼ੀ ਹੈ ਤੁਹਾਡੀ ਯਾਨੀ ਕਿ ਤੁਹਾਡਾ ਦਿਲ ਹੈ ਤਾਂ ਕਰਤੇ ਜਿਕਸ਼ਨ ਲੈ ਆਵੇ ਨਾਤ ਨਾ ਸਹੀ ਮਰਜ਼ੀ ਹੈ ਫਕਲਤਤੀਵਾ ਨਹੀਂ ਹੁੰਦਾ ਕਾਤੇ ਜਿਵੇਂ ਗੱਡੀ ਦੇ ਰੈਕਮੈਂਡ ਕਾਤੇ ਜਿਵੇਂ ਗੱਡੀ ਡਿਲੀਵਰੇ ਤੋਂ ਕਾਦਰ ਤੇ ਕਾਤੇ ਜਿਵੇਂ ਗੱਡੀ ਦੀ ਕਾਪੀ ਇਹ ਫਕਲਤਤੀਵਾ ਹੋ ਸਕਦੀ ਹੈ ਏਡੇ ਤੂੰ ਤੁਸੀਂ ਜੁਦੀਆ ਮੁਰਕਾ ਜਾਣੇ ਤਾਂ ਗੱਡੀ ਦੀ ਕਾਪੀ ਘਰੇ ਛੱਡ ਜਾਓਗੇ ਗਲਤ ਕਿਨੇ ਫਾਲਸ ਹੋਇਆ ਕਿਨੇ ਬਹੁਤ ਵੀ ਗੋਲੀ ਬਰ ਟ੍ਰਾਂਸਪੋਰਟ ਐਮਰਜੀ ਗਨੇ ਗੱਡੀ ਦੇ ਵਿੱਚ ਜਿਹੜੇ ਟ੍ਰਾਂਸਪੋਰਟ ਗੋਲੀ ਸਮਾਨ ਕੋੰਤ ਤੈਜ਼ੀ ਦੇ ਅਕੋਰਡਿੰਗ ਐਂਬੀਐਂਟ ਯੂਈਐਸਆਈ ਯੂਰਪੀਅਨ ਯੂਨੀਅਨ ਦੇ ਵਿੱਚ ਸਪੈਸ ਇਕਨੋਮਿਕ ਅਰਿਆ ਭਾਈ ਜੇ ਕਨਫੈਡਰੇਸ਼ਨੇ ਡੇਲਾ ਸੁਇਜ਼ੇਰੀਆ ਸੁਇਜ਼ਰਨ ਦੇ ਵਿੱਚ ਦੇਵੇਤ ਰਵਾਰਸੀ ਲਿਚੈਂਜ਼ਾ ਕੋਮੂਨਾਲੇ ਲਿਚੈਂਜ਼ਾ ਕੋਮੂਨਾਲੇ ਵਾਲੇ ਕੁਐਸਚਨ ਗਲਤ ਨੇ ਜੀ ਬਹੁਤ ਕੁਐਸਚਨ ਆਉਂਦੇ ਅੱਗੇ ਵੀ ਕੁਐਸਚਨ ਆਉਣਗੇ ਤੁਹਾਨੂੰ ਲਿਚੈਂਜ਼ਾ ਕੋਮੂਨਾਲੇ ਹੁੰਦੇ ਹੀ ਨਹੀਂ ਹੈ ਵੀ ਠੀਕ ਹੈ ਜੀ ਲਿਚੈਂਜ਼ਾ ਕੋਮੂਨਾਲੇ ਵਾਲੇ ਕੁਐਸਚਨ ਫਾਲਸੋ ਲਿਚੈਂਜ਼ਾ ਕੋਮਿਨਿਟਰੀ ਚਾਹੀਦਾ ਹੁੰਦਾ ਕਹਿੰਦੇ ਪਰ ਐਜ਼ਰ ਚੀਜ਼ ਜੋ ਦਿਲ ਸਰਵਿਸ ਜੋ ਸਰਵਿਸ ਜਿਹੜੀ ਹੈ ਕਰਨ ਦੇ ਲਈ ਕਹਿੰਦੇ ਲਿਚੈਂਜ਼ਾ ਕੋਮਿਨਿਟਰੀ ਚਾਹੀਦਾ ਗੱਲ ਕਿਨ ਫਾਲਸ ਹੋਇਆ ਇਹਨੇ ਬੋਰਡ ਦੇ ਵਿਗਲਿ ਟ੍ਰਾਂਸਪੋਰਟ ਤੋਂ ਦੀ ਕੋਨ ਤੋਂ ਤਰ ਜੀ ਕੋਨ ਐ ਐਂਬੀਐਂਟ ਯੂਈ ਐਸਈਈ ਕਨਫੈਡਰੇਸ਼ਨੇ ਸਵਿਜ਼ੇਰੀਆ ਯੂਰਪੀਨ ਯੂਨੀਅਨ ਵਿਦ ਸਪਾਕ ਇਕਨੋਮਿਕ ਐਵਰਪੇ ਵਿਦ ਸਵਿਜ਼ਲੈਂਡ ਦੇ ਵਿੱਚ ਟ੍ਰਾਂਸਪੋਰਟ ਕਰਨੀ ਚੀਜ਼ਾਂ ਦੇ ਵਿਦ ਰਵਾਰਸੀ ਫਕੋਲਤਾਤੀ ਵਾਜੈਟਿਫିକਾਟੋ ਆੱਤੀ ਵੀ ਕਨੈ ਸਰਟੀਫିକਾਟੋ ਆੱਤੀ ਪੀ ਕਨੈ ਫਕੋਲਤਾਤੀ ਵੋਂਦੇ ਦੇਖੋ ਜੇ ਤੁਸੀਂ ਮਾਰਚੀ ਸੁਰ ਜੇਲੈਂਡੀ ਕੋਨ ਜੇਲੈਂਡੀ ਲੈ ਕੇ ਜਾ ਰਹੇ ਹੋ ਤਾਂ ਫਿਰ ਫਕੋਲਤਾਤੀ ਵਾ ਨਹੀਂ ਹੋਣ ਲਗਾਏ ਵੀ ਲਾਜ਼ਮੀ ਹੁੰਦਾ ਹੈ ਤੇ ਵੈਸੇ ਜਿਹੜਾ ਜਨਰਲਲੀ ਡਾਕੂਮੈਂਟ ਚਾਹੀਦਾ ਹੁੰਦਾ ਉਹ ਹੁੰਦਾ ਲਿਜੈਂਸ ਆ ਕਮਿਊਨਿਟਰੀਆ ਠੀਕ ਹੈ ਇਸ ਕਰਕੇ ਇੱਕ ਕੁਐਸਚਨ ਵੀ ਗਲਤ ਕਿਨ ਵੇ ਫਾਲਸ ਹੋਇਆ ਠੀਕ ਹੈ ਜੀ ਹਾਂਜੀ ਤੇ ਮੈਂ ਹੁਣ ਤੁਹਾਨੂੰ ਸ਼ੇਅਰ ਕਰਾਂਗਾ ਲਿਜੈਂਸ ਕਮਿਊਨਿਟਰੀ ਜਿਹੜੇ ਲਿਬਰਲਾਈਜ਼ ਆਤੇ ਨਹੀਂ ਯਾਨੀ ਕਿ ਲਿਬਰਲਾਈਜ਼ ਆਤੇ ਮਨਿ ਜਿਹਨਾਂ ਨੂੰ ਆਜ਼ਾਦੀ ਹੈ ਜਿਹੜੇ ਕਿ ਜਿਨ੍ਹਾਂ ਨੂੰ ਛੂਟ ਹੈਗੀ ਹੈ ਜਿਹੜੇ ਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਸਫਰ ਕਰਨਗੇ ਲੇਕਿਨ ਲਿਸੈਂਸ ਗਮਨਤਾਰੀ ਉਹਨਾਂ ਨੇ ਇਸਤੇਮਾਲ ਕਰਨ ਦੇ ਲੋੜ ਨਹੀਂ ਹੈ ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਲਿਸੈਂਸ ਗਮਨਤਾਰੀ ਬੇਸਿਕਲੀ ਅ ਬਲੂ ਰੰਗ ਦਾ ਹੁੰਦਾ ਹੈ ਠੀਕ ਹੈ ਜੀ ਲਿਸੈਂਸ ਗਮਨਤਾਰੀ ਔਰ ਇਹਦੀ ਕਾਪੀ ਆ ਕਨਫਰਮਾ ਜਿਹੜੀਆਂ ਨੇ ਇਹ ਅ ਤਕਰੀਬਨ ਲਾਈਟ ਬਲੂ ਜਾਂ ਅਜ਼ੂਰ ਰੰਗ ਨਾ ਕਹਿ ਸਕਦੇ ਅਸੀਂ ਲਿਸੈਂਸ ਗਮਨਤਾਰੀ ਆਵਰੇਪ ਇਲਿ ਜਿਹਦੇ ਵਿੱਚ ਜੇਟਾਲੇ ਤਰਫੋਂ ਇਸ਼ੂ ਹੋਇਆ ਤਾਂ ਇਟਾਲੀ ਲਿਖਿਆ ਹੋਵੇਗਾ ਕਾਪੀ ਆ ਕਨਫਰਮਾ ਜਿਹੜੇ ਹੋਵੇ ਗੇ ਗਮਨਤਾਰੀ ਆਵਰੇਪ ਲਈ ਉਹਦੇ ਉੱਤੇ ਆਈ ਲਿਖਿਆ ਹੋਵੇਗਾ ਨੰਬਰ ਵਗੈਰਾ ਇਹ ਉਹ ਸਾਰਾ ਕੁਝ ਹੋਵੇਗਾ ਠੀਕ ਹੈ ਤੇ ਲਿਚਨ ਕਮਤਾਰ ਜਿਹੜਾ ਬੇਸਿਕਲੀ ਇਸ਼ੂ ਹੁੰਦਾ ਹੈ ਵਿਤੂਰੇ ਦੇ ਲਈ ਔਰ ਜਿੰਨੇ ਆ ਗੱਡੀਆਂ ਵਗੈਰਾ ਜਿਵੇਂ ਹੁੰਦੀਆਂ ਨੇ ਉਹਦੇ ਅਕੋਰਡਿੰਗ ਫਿਰ ਉਹ ਕਾਪੀ ਕਨਫਰਮ ਆ ਜਿਹੜੀਆਂ ਨੇ ਇਹ ਕਢਾਣੀਆਂ ਹੁੰਦੀਆਂ ਨੇ ਕਿਤੋਂ ਕਢਾਣੀਆਂ ਹੁੰਦੀਆਂ ਨੇ ਮਦਰਸ਼ੀ ਹੁੰਨੇ ਚਵੀਲੇ ਤੋਂ ਆਪਣਾ ਜਿਹੜਾ ਆਉਂਦਾ ਪ੍ਰਵਿੰਸੀ ਦਾ ਤੇ ਇਹਦੇ ਨਾਲ ਤੁਸੀਂ ਟ੍ਰਾਂਸਪੋਰਟ ਕਰ ਸਕਦੇ ਹੋ ਯੂਰਪੀਅਨ ਯੂਨੀਅਨ ਦੇ ਵਿੱਚ ਟਰਬ ਯੂਰਪੀਅਨ ਯੂਨੀਅਨ ਵਿੱਚ ਨਾਨ ਯੂਰਪੀਅਨ ਯੂਨੀਅਨ ਵਿੱਚ ਨਹੀਂ ਠੀਕ ਹੈ ਜੀ ਯੂਰਪੀਅਨ ਯੂਨੀਅਨ ਵਿੱਚ ਪਾਜ਼ੀ ਇਕਨੋਮਿਕਾ ਯੂਰਪਾ ਵਿੱਚ ਤੇ ਛੂਟ ਕਿਹਨਾਂ ਨਹੀਂ ਹੁੰਦੀ ਜੀ ਅਸੀਂ ਗੱਲ ਕਰ ਰਹੇ ਹਾਂ ਹੋਣ ਅਸੀਂ ਕੁਐਸਚਨ ਪੜ੍ਹਨੇ ਜਿਹਨਾਂ ਜਿਨ੍ਹਾਂ ਨੂੰ ਛੂਟ ਆਉਂਦੀ ਹੈ ਉਹਨਾਂ ਦੇ ਬਾਰੇ ਜਿਵੇਂ ਕਿ ਟ੍ਰਾਂਸਪੋਰਟ ਦੀ ਪੁਸਤਾਲੀ ਜਿਹਨਾਂ ਵੇਨ ਤੋਂ ਕੁਐਸਚਨਾਂ ਚੋਂ ਮਿਲੇਗਾ ਇਹਨਾਂ ਨੂੰ ਛੂਟ ਹੁੰਦੀ ਹੈ ਜੀ ਇਹਨਾਂ ਨੂੰ ਲੋਡ ਨਹੀਂ ਹੈ ਜਿੰਦ ਗੁਮਜ਼ਾਰੀ ਦੀ ਦਾਨੀ ਗਿਆ ਤੇ ਰਿਪੇਰ ਆਤੀ ਟ੍ਰਾਂਸਪੋਰਟ ਦੀ ਵਿਕੋਲੀ ਜਿਹੜੀ ਟ੍ਰਾਂਸਪੋਰਟ ਕਰਦੇ ਦਾਨੀ ਗਿਆ ਤੇ ਰਿਪੇਅਰ ਆਤੀ ਰਿਪੇਅਰ ਕਰਨੀ ਉਨਾਂ ਲਈ ਵੀ ਲੋਡ ਨਹੀਂ ਹੈ ਵੀ ਫਿਰ ਜੀ ਇਸ ਤੋਂ ਬਾਅਦ ਅਗਲਾ ਹੈਗਾ ਜੀ ਮਾਸਾ ਕੰਪਲੈਕਸੀਵੋ ਇਨਫਰੋਰੀਓ ਨੋਨ ਸੁਪਰੀਓਰ ਸਾਰਦਰਾਦਾਂ ਇਹਨਾਂ ਵਾਸਤੇ ਸਾਡੇ ਦਿਨਾਂ ਤੋਂ ਦਿੱਤੇ ਨਹੀਂ ਹੈ ਵੀ ਉਹ ਵੀ ਫਿਰ ਇਸ ਤੋਂ ਬਾਅਦ ਜੀ ਮੈਡੀਸਨ ਵਗੈਰਾ ਟ੍ਰਾਂਸਪੋਰਟ ਕਰ ਲਈ ਜਿਹੜੀ ਗੱਡੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਜਿਹੜੀਆਂ ਗੱਡੀਆਂ ਕੋਨ ਤੋਂ ਪ੍ਰੋਪੀਓ ਦੇ ਅਕੋਰਡਿੰਗ ਆਉਂਦੀਆਂ ਨੇ ਠੀਕ ਹੈ ਜੀ ਤੇ ਕੋਨ ਤੋਂ ਤਾਰਜੀ ਦੇ ਅਕੋਰਡਿੰਗ ਹੋਣਗੀਆਂ ਗੱਡੀਆਂ ਤਿਆਰੀ ਕਰ ਲੈ ਉਹਨਾਂ ਨੂੰ ਲੋਡ ਹੋਵੇਗੀ Una è di al trasporto di merci, gira di c'è il trasporto di merci, conto tardi di coding. In ambiente, io e il mio opinione di non devono essere minuti né una c'è minuti della coppia conferma della licenza comunitaria qualora sia portata utile non superiore alle 3,5 tonnellate lati. Credi che l'ingenuo ci utta trasporto di merci, gira di c'è il ਪਰ ਕੋਨ ਤਾਂ ਤੈਰ ਜੀ ਕੋਰ ਤੈਰ ਜੀ ਰਿਕੋਰਡਿੰਗ ਇਨ ਅੰਬੀਐਂਟ ਯੂ ਯੂਰਪੀਅਨ ਯੂਨੀ ਦੇ ਵਿੱਚ ਨੋਨ ਦੇਵੇ ਐ ਸਾਰੇ ਮੀਨੂ ਤੋਂ ਦਲਾ ਕਾਪੀ ਕੋਨਫਰਮਾ ਲਿਚੈਂਜ਼ ਦਾ ਕਮੈਂਟਰੀ ਦੀ ਕਾਪੀ ਕੋਨਫਰਮਾ ਹੈ ਦੇ ਨੀਓਨ ਜੀ ਦੇ ਦਲਾ ਲਿਚੈਂਜ਼ ਕਮੈਂਟਰੀ ਦੀ ਕੁਆਲੋਰਾ ਲਾ ਪੋਰਟਾ ਤਾ ਉੱਤਿਲੇ ਜਿਹੜਾ ਇਹਦਾ ਵਜ਼ਨ ਜਿਹੜਾ ਹੈ ਨੋਨ ਸੁਪੇਰੀ ਤ੍ਰਿਵਗੋਜੀ ਕੋ ਤੁਨ ਲਾਤੇ 13.5 ਟਨ ਤੋਂ ਜੇ ਸਾਰੇ ਤਿੰਨਾਂ ਦਾ ਸਮਾਨ ਦਾ ਵਜ਼ਨ ਇਕੱਠਾ ਹੋਵੇਗਾ ਨਾ ਤਾਂ ਫਿਰ ਕਾਪੀ ਕੋਨਫਰਮ ਵਾਲੀ ਲਿਚੈਂਜ਼ ਗਮੈਂਟਰੀ ਦੀ ਲੋੜ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਤੀਸਰੇ ਨੰਬਰ ਤੇ ਬੜਾਇਆ ਸੀ ਵੀ ਜਿਨ੍ਹਾਂ ਨੂੰ Se si tratta di un'applicazione di trasporto di merci, si tratta di un'applicazione di trasporto di merci, 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 di ਉਹਨਾਂਗੇ ਫੋਕਸ ਕਰਨਾ ਹੈ ਕਿ ਕੋਲੋਰ ਆਬੀਆਉ ਨੋ ਮਾਸ ਕੰਪਲੇਸਿਵਾ ਨੋਨ ਸੁਪਰੀਓਰੈਸ ਅਲੇਸੇਟੋ ਨਿਲਾਤੇ ਜਿੰਨਾ ਦਾ ਵਜ਼ਨ ਮਾਸ ਕੰਪਲੇਸਿਓਨ ਟੋਟਲ ਕੰਪਲੀਟ ਸਮਾਨ ਸਮੇਤ ਗੱਡੀ ਦਾ ਵਜ਼ਨ ਹੁਣ ਹੁਣ ਪਿੱਛੇ ਅਸੀਂ ਪੜ੍ਹੇ ਸੀ ਸਿਰਫ ਸਮਾਨ ਦਾ ਵਜ਼ਨ ਸੁਪਰੀਓਰ ਸਾਡੇ ਟਨ ਪੋਰਟਾ ਦਾ ਉੱਤੇ ਲੈਵੰਦਾ ਸਿਰਫ ਸਮਾਨ ਜੇ ਟਰਾਂਸਪੋਰਟ ਕਰ ਰਹੇ ਹੋ ਹੁਣ ਇੱਥੇ ਗੱਲ ਹੋ ਰਹੀ ਹੈ ਗੱਡੀ ਦੀ ਵੀ ਜੇ ਗੱਡੀ ਸਮੇਤ ਸਮਾਨ ਦਾ ਵਜ਼ਨ ਗੱਡੀ ਔਰ ਸਮਾਨ ਦਾ ਦੋਹਾਂ ਦਾ ਲਾ ਕੇ ਵਜ਼ਨ ਸੁਪਰੀਓਰ 6 ਟਨ ਨਾ ਹੋਵੇ ਤੇ ਉਹਨਾਂ ਲਈ ਵੀ copia conferma della licenza commentari ni zaruri hai vi durus kene non deve essere di E be if ikole dpd al merci con tariffe concordate according je tushi saman transport karde hoya european union di non deve essere menui to dala copia conferma kene nil copia conferma nahi honi chahidi hai della licenza commentari di portata utile ਸੇਟਨ ਲਾਤੇ ਉਹ ਪਰਤਾ ਤਾ ਉਤੇ ਲੈ ਜੇ ਜਦ ਪਰਤਾ ਤਾ ਉਤੇ ਲੈਣ ਯਾਨੀ ਕਿ ਗੱਡੀ ਦਾ ਵਜ਼ਨ ਪਲੱਸ ਹੋਵੇਗਾ ਫਿਰ 6 ਟਨ ਤੋਂ ਵੱਧ ਗਿਆ ਨਾ ਉਹ ਗੱਡੀ ਦੇ ਸਮੇਤ ਔਰ ਪਰਤਾ ਤਾ ਇਹ ਉਤੇ ਲੈਣਾ ਚਾਹੀਦਾ ਸੀ ਸੁਪਰੀਅਰ ਸਾਡੇ ਰਿਟਰਨ ਫਿਰ ਸਾਨੂੰ ਉੱਚ ਲੈਜੰਦਾ ਕੁਮਿਤਰੇ ਚਾਹੀਦਾ ਹੁੰਦਾ ਇਹ ਤਾਂ 6 ਟਨ ਹੈ ਜ਼ੈਰੀ ਗੱਲ ਇੱਥੇ ਚਾਹੀਦਾ ਸੀ ਕਿ ਨਨ ਦੇਵੇ ਸਿਰਫ ਨਹੀਂ ਤੋਂ ਨਹੀਂ ਲੱਗੇ ਹੋਣਾ ਚਾਹੀਦਾ ਗਲਤੀ ਹੈ ਨਾ ਫਿਰ ਫਾਲਸ ਹੋ ਗਿਆ ਆਈ ਕੈਨ ਬੇ ਇਹ ਵਿਕੋਲੀ ਡੀਪੀਐਲ ਟਰਾਂਸਪੋਰਟ ਦੀ ਮਰਚੀ ਜੀ ਗੱਡੀ ਹੈਗੀ ਟਰਾਂਸਪੋਰਟ ਕਰਨ ਲਈ ਸਮਾਨ ਪਰ ਕੌਣ ਤੋਂ ਤੈ ਜਿ ਕੋਣ ਤੋਂ ਤੈ ਜਿ ਰਿਕਾਰਡਿੰਗ ਇਨ ਅੰਬੀਐਂਟ ਦੇ ਯੂਰੋਪੀਅਨ ਯੂਨੀਅਨ ਦੇ ਵਿੱਚ ਨੌਨ ਦੇਵੇ ਇਸਾਰੇ ਮੈਨੂਈ ਤੋਂ ਇਹ ਨਹੀਂ ਇਨ ਦੇ ਵਿੱਚ ਹੋਣਾ ਚਾਹੀਦਾ ਮੈਨੂ ਤੋਂ ਦਲਾ ਕਾਪੀਆ ਕਨਫਰਮਾ ਕਾਪੀਆ ਕਨਫਰਮਾ ਨਹੀਂ ਹੋਣਾ ਚਾਹੀਦਾ ਲੇਜੰਦਾ ਕੋਮੇਂਟਰੀ ਦਾ ਕੋਲੋਰੋ ਲਾ ਪੋਰਟਾ ਟੂਟਿਲੇ ਜੇ ਅਥਾ ਪੋਰਟਾ ਟੂਟਿਲੇ ਜਿਹੜਾ ਸਮਾਨ ਵਜ਼ਨ ਲੈ ਕੇ ਜਾਂਦੇ ਵੇ ਟ੍ਰਾਂਸਪੋਰਟ ਕਰਦੇ ਵੇ ਨੌਨ ਸੁਪੇਰੀ ਸੇਤੇ ਵਰਗਲਾ ਚੀਕੋ ਦਨ ਲਾਤੇ ਜੇ 7 7.5 ਟਨ ਤੋਂ ਉੱਤੇ ਵੱਧਦਾ ਨਹੀਂ ਹੈ ਤੇ ਦੇਖੋ ਜੀ 7 7.5 ਟਨ ਤੋਂ ਉੱਤੇ ਪੁਰਤਾ ਤੋਂ ਉੱਤੇ ਲ ਵੱਧ ਗਿਆ ਨਾ ਸੁਪਰੀ 7.5 ਟਨ ਹੋ ਗਿਆ ਤੇ ਫਿਰ ਉੱਥੇ ਲਾਜ਼ਮੀ ਹੋ ਜਾਂਦਾ ਇਸ ਕਹੇ ਫ Gli veicoli adibiti al trasporto merci di gaddi ha che smart trasporto con equal to di according in ambiente UE European Union non deve essere munito della copia conferma della licenza amministrativa che la copia conferma lo cinzo come tari non hona chida abbia una massa complessiva di 7,5 kg che lade cane be je ethe वजन oda nahi 7.5 ton ਜੇ 7.5 ਟਨ ਦੇਖੋ ਜੀ 13.5 ਟਨ ਤੱਕ ਉੱਤਾ ਹੋ ਜਾਂਦਾ ਨਾ ਵਜ਼ਨ ਮਾਸਾ ਕੰਪਲੈਸਿਵ ਸੋਰੀ ਜਦ ਮਾਸਾ ਕੰਪਲੈਸਿਵ ਗੱਲ ਕਰ ਰਹੇ ਨੇ ਠੀਕ ਹੈ ਜੀ ਕਾਰੀ ਕੋ ਪਰਤਾ ਤਾ ਉਤ ਹੀ ਲੈਣੇ ਗੱਲ ਕਰ ਰਹੇ ਹੁਣ ਮਾਸਾ ਕੰਪਲੈਸਿਵ ਜਿਹੜਾ ਨਾ ਕਾਰੀ ਕੋ ਉਤਲੇ ਜੀ ਉਹਦੀ ਲਿਮਿਟ ਸੀ 13.5 ਟਨ ਤੋਂ ਸੁਪਰੀਅਰ ਹੋਵੇ ਤਾਂ ਚਾਹੀਦਾ ਹੈ ਲੇਕਿਨ ਕਾਰੀ ਕੋ ਜਿਹੜਾ ਮਾਸਾ ਕੰਪਲੈਸਿਵ ਟੋ ਕੰਪਲੀਟ ਗੱਡੀ ਦਾ ਵਜ਼ਨ ਸਮਾਨ ਸਮੇਤ ਉਸ ਉਹ ਲਿਮਿਟ ਸੀਗੀ 6 ਟਨ ਇਹ ਤਾਂ 7.5 ਟਨ ਹੈ 7.5 ਟਨ ਇੱਥੇ ਫਿਰ لازਮੀ ਚਾਹੀਦਾ ਹੈ ਨਨ ਦਾ ਬੇਸ ਰਿਮਨੀ ਤੋ ਗਲਤ ਕਿਨ ਫਾਲਸ ਹਕ ਨੇ ਨੋ ਸੋਨੋ ਲਿਬਰੀ ਦਾ ਉਨੀ ਰਜਿਮੇ ਦੇ ਲਿਜੈਂਸ ਕਾਮੇਟਾਰੀਆ ਕਨ ਹਰ ਕਿਸਮ ਦੇ ਲਿਜੈਂਸ ਕਾਮੇਟਾਰੀ ਤੂ ਕਰਨੇ ਆਜ਼ਾਦ ਹੈ ਗੱਡੀ ਕਿ ਨਹੀਂ ਚਾਹੀਦਾ ਇਹ ਟ੍ਰਾਂਸਪੋਰਟ ਦੇ ਅੰਬੀਐਂਟ ਯੂਈ ਯੂਰਪੀਨ ਯੂਈ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਦੀ ਐਫ ਐਫ ਐਟੀ ਪੋਸਟਾਲ ਐਫ ਐਫ ਐਟੀ ਆਪੋਸਟਾਲੀ ਨਾਲ ਅੰਬੀਐਂਟ ਜੇ ਤੁਸੀਂ ਪੋਸਟ ਆਫਿਸ ਦੇ ਟ੍ਰਾਂਸਪੋਰਟ ਕਰਦੇ ਹੋ ਪੋਸਟਾਲੇ ਦੀ ਜੂਨਰਜੀਨ ਮੇ ਪਬਲਿਕ ਸਰਵਿਸੋ ਪਬਲਿਕ ਸਰਵਿਸ ਦੇ ਲਈ ਦੇਖੋ ਜੀ ਪੋਸਟਾਲੀ ਜੇ ਤੁਸੀਂ ਟਰਾਂਸਪੋਰਟ ਤੋਂ ਪੋਸਟਾਲ ਹੀ ਕਰਦੇ ਨਾ ਟਰਾਂਸਪੋਰਟ ਹੀ ਪੋਸਟਾਲ ਹੀ ਤੇ ਫੇਰ ਤੁਸੀਂ ਤੁਹਾਨੂੰ ਇਹਦੇ ਤੋਂ ਛੂਟ ਹੈਗੀ ਹੈ ਇਸ ਕਰਕੇ ਦਰਸ਼ਕਾਂ ਨੇ ਬੇਵਰ ਆਇਆ ਕਹਿੰਦੇ ਬਈ ਸੋਨਾ ਲਿਬਰੀ ਆਜ਼ਾਦ ਹੈਗੇ ਨੇ ਦਾ ਦਾ ਉਨੀ ਰਜੀਮ ਦੇ ਲਈ ਲਿਚੰਦ ਗਮਤਾਰੀ ਲਿਚੰਦ ਗਮਤਾਰੀ ਤੇ ਯਾਨੀ ਕਿ ਆਜ਼ਾਦ ਨੇ ਜਨਸ ਗਮਤਾਰੀ ਦੀ ਲੋੜ ਨਹੀਂ ਹੈ ਅੰਬੀਅੰਟ ਯੂ ਯੂਰਪੀਅਨ ਯੂਨੀਅਨ ਦੇ ਵਿੱਚ ਇਵਿਕੋਲੀ ਦਾਨੀਆਤੀ ਹੋ ਰਿਪਰਾਤੀ ਜਿਹੜੀ ਗੱਡੀਆਂ ਨੂੰ ਨੁਕਸਾਨ ਹੋਇਆ ਹੋਵੇ ਔਰ ਰਿਪੇਅਰ ਲਈ ਹੋਣ ਜੋ ਟਰਾਂਸਪੋਰਟ ਕਰਦੇ ਤੋਂ ਦੇ ਵੀ ਲਿਚੰਦ ਗਮਤਾਰੀ ਨਹੀਂ ਚਾਹੀਦਾ ਦਰਸ਼ਕਾਂ ਨੇ ਬੇਵਰ ਆਇਆ ਇਕਨੇ ਵੀ ਸੋਨ ਲਿਬਰੀ ਦੇ ਲੇਚੰਦਾ ਕਮੈਂਟਰੀ ਲੇਚੰਦਾ ਕਮੈਂਟਰੀ ਤੁਹਾਨੂੰ ਕਿਹਨੇ ਬਜਾਦਨ ਧਿਜੀ ਮੇ ਦੀ ਲੇਚੰਦਾ ਕਮੈਂਟਰੀ ਇਹ ਟ੍ਰਾਂਸਪੋਰਟ ਹੋ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਇਨ ਅੰਬੀਐਂਟ ਯੂਰਪੀਅਨ ਯੂਨੀਅਨ ਦੇ ਵਿੱਚ ਇਕਵਲੀ ਦੀ ਮਾਸਾ ਕੰਪਲੇਸਿਵਾ ਜਿਹੜੀ ਗੱਡੀ ਦਾ ਵਾਸਾ ਕੰਪਲੇਸਿਵਾ ਕੰਪਲੀਟ ਗੱਡੀ ਦਾ ਵਜ਼ਨ ਹੈ ਕੰਪਰੈਸਾ ਕੁਅਲ ਐ ਇਵੈਂਟੂਅਲ ਰਮੋਰਗਿਓ ਔਰੀ ਦੀ ਵੀ ਸ਼ਾਮਿਲ ਐ ਰਮੋਰਕਿਓ ਵੀ ਠੀਕ ਹੈ ਜੀ ਨੋਨ ਨੋਨ ਸਿਆ ਸੁਪਰੀਓਰ ਐਸੇ ਟੋਨ ਲਾਤੇ ਯਾਨੀ ਕਿ ਰਮੋਰ ਕਿ ਸਮੇਤ 6 ਟਨ ਤੋਤੇ ਨਹੀਂ ਹੈ ਉਹ ਪੂਰੇ ਫਿਤਵਾਤੀ ਕੋਨ ਵਿਕੋਲੀ ਜਾਂ ਫਿਰ ਜੇ ਤੁਸੀਂ ਟਰਾਂਸਪੋਰਟ ਕਰਦੇ ਹੋ ਗੱਡੀ ਦੇ ਨਾਲ ਕੋਈ ਪੁਰਤਾ ਤਾਂ ਜਿਹੜਾ ਉਹਦਾ ਸਿਰਫ ਟਰਾਂਸਪੋਰਟ ਕਰਨ ਵਾਲਾ ਸਮਾਨ ਹੈ ਕੰਪਰੈਸਾ ਕੁਆ ਬੀ ਕੁਵਲਿਆ ਦੀ ਇਵੈਂਟੂਅਲੀ ਰਮੋਰ ਕੀ ਸ਼ਾਮਲ ਜਦ ਰਮੋਰ ਕੀ ਵੀ ਨੋਨ ਸਿਆ ਸੁਪਰੀਓਰ ਅਤਰੇ ਬਗੋ ਜਿਗਤਨ ਲਾਤੇ ਜਿਹੜਾ ਕਿ 3 3.5 ਟਨ ਤੋਤੇ ਨਹੀਂ ਹੈ ਮਾਸਾ ਕੰਪਲਸੀ ਵਜਤ ਗੱਡੀ ਦਾ ਕੰਪਲੀਟ ਵਜ਼ਨ ਸਭ ਗੱਡੀ ਸਮੇਤ ਵਜ਼ਨ ਸਮੇਤ 6 ਟਨ ਤੋ ਟੁੱਟਣਾ ਹੋਇਆ ਔਰ ਪੁਰਤਾਤਾ ਤੋ ਉਤੀ ਲਈ ਜਿਹੜਾ ਜਿਹੜਾ ਕਿ ਰਿਮੋਰਕੀ ਸਮੇਤ ਜਿਹੜਾ ਵਜ਼ਨ ਆ ਉਹ ਪੁਰਤਾਤਾ ਜਿਹੜਾ ਹੈ ਪੁਰਤਾਤਾ ਯਾਨੀ ਕਿ ਸਮਾਨ ਟਰਾਂਸਪੋਰਟ ਕਰਨ ਲੱਗੇ ਹੋ ਉਹ 3.5 ਟਨ ਤੋਂ ਉੱਤੇ ਨਾ ਹੋਵੇ ਤੇ ਕੀ ਹੈ ਫਿਰ ਜਾਰੀ ਗੱਲ ਆ ਛੂਟ ਹੈ ਦੋਵੇਂ ਚੀਜ਼ਾਂ ਯਾਨੀ ਕਿ ਅੰਡਰ ਨ ਕੰਟਰੋਲ ਨੇ ਤਲੇ ਰਹਿਣਗੀਆਂ ਯਾਨੀ ਕਿ ਕਮਾਸਾ ਕੰਪਲਸੀ ਵਜੜਾ ਉਹ 6 ਟਨ ਤੋਂ ਥੱਲੇ ਹੋਵੇ ਠੀਕ ਹੈ ਜੀ ਤੇ ਪੁਰਤਾਤਾ ਉਤੀ ਲਈ ਜਿਹੜਾ ਹੈ 3.5 ਟਨ ਤੋਂ ਥੱਲੇ ਹੋਵੇ ਤੇ ਸਹੀ ਗੱਲ ਹੈ ਫਿਰ ਕਵੈਸਚਨ ਵੇਰ ਹੋਇਆ ਇਹਨਾਂ ਨੂੰ ਲਿਬ੍ਰੋ ਹੋਣਗੇ ਹਰ ਕਿਸਮ ਦੇ ਲਿਜੈਂਸ ਕਮੰਡਰੀ ਤੋਂ ਇਹ ਸੋਨੇ ਲਿਬ੍ਰੇ ਉਨੀ ਰਿਜੀਮੇ ਦੇ ਲਿਜੈਂਸ ਕਮੰਡਰੀ ਲਿਜੈਂਸ ਕਮੰਡਰੀ ਦੇ ਕਰਨੇ ਆਜ਼ਾਦ ਹੋਣਗੇ ਇਸ ਤਰ੍ਹਾਂ ਸਪੋਰਟ ਹੋ ਐਮਬੀਐਨ ਤੇ ਯੂ ਯੂਰਪੀਨ ਯੂ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਦੀ ਮੈਡੀਕੀਨਾਂ ਵਾਲੇ ਮੈਡੀਸਿਨ ਵਗੈਰਾ ਆ ਪਰੇਖਿਆ ਤੁਰਾ ਤੁਰੇ ਆਜ਼ਾਦ ਆ ਮੈਡੀਕ ਜਿਹੜੇ ਕਿ ਇਸ ਚੀਜ਼ਾਂ ਅਥਰਾਇਜ਼ਡ ਨੇ ਮੈਡੀਕਲ ਦੇ ਲਈ ਜਦ ਮੈਡੀਕਲ ਦੇ ਸ਼ੋਭੇ ਵਿੱਚ ਹੋਵੇਗੀ ਜ਼ਾਰੀ ਗੱਲ ਉਹਨਾਂ ਨੂੰ ਫਿਰ ਛੂਟ ਤਾਂ ਹੋਣੀ ਹੈ ਨਿਆਨ ਕਾਲਤਰੀ ਆਰਟੀਕਲ ਇਨੈਸਸਾਰੀ ਇਨ ਕਾਜ਼ੋ ਦੇ ਸਕੋਰਸੀ ਅਰਜੈਂਟੀ ਔਰ ਇਦੋ ਦੁਲਾਵਾ ਔਰ ਕੋਈ ਆਰਟੀਕਲਸ ਵਗੈਰਾ ਵੀ ਨਹੀਂ ਲਗੂ ਹੋਣਗੇ ਜਿਸ ਕੋਰਸੀ ਅਰਜੈਂਟੀ ਯਾਨੀ ਕਿ ਅਰਜੋ ਮਦਦ ਅਰਜੈਂਟਲੀ ਕਿਸੇ ਨੂੰ ਮਰਜ਼ਿਤ ਕਰਨੀ ਹੋਵੇ ਤਾਂ ਜਿਵੇਂ ਕ ਮੰਨ ਲਓ ਕਿ ਰਿਜ਼ਲਤ ਜ਼ਲਾ ਵਗੈਰਾ ਕਿਸੇ ਕੰਟਰੀ ਜਾਇਜ਼ ਦਿੰਨਾ ਹੈ ਜਿਵੇਂ ਕਿ ਸੁਨਾਮੀ ਆ ਜਾਂਦਾ ਹੈ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਹੈ ਜਿੱਥੇ ਕਿ ਇੱਕਦਮ ਫਸਟ ਸਟੇਟ ਚਾਹੀਦੀ ਹੈ ਔਰ ਦੂਜੇ ਮੁਲਕ ਇੱਕ ਦੂਜੇ ਨੂੰ ਮਦਦ ਕਰਨ ਲਈ ਚੀਜ਼ਾਂ ਭੇਜਦੇ ਨੇ ਇਦਾਂ ਦੀ ਥਾਂ ਤੇ ਜੇ ਭੇਜੋਗੇ ਨਾ ਸਕੋਰਸੀ ਅਰਜੈਂਟੀ ਹੋਵੇਗੀ ਫਿਰ ਉਹ ਠੀਕ ਹੈ ਸੋ ਬਰਤੂਤੂ ਦੇ ਪ੍ਰਸੰਧਾ ਦੀ ਕਲਾਮਾਟਿਕ ਔਰ ਅੰਦੁਰਾਲੀ ਕਲਾਮਾ ਕਲਾਮੀਤਾ ਅੰਦੁਰਾਲੀ ਯਾਨੀ ਕਿ ਕੁਦਰਤੀ ਆਫਾਤ ਵਗੈਰਾ ਜਿਹੜੀਆਂ ਆ ਜਾਂਦੀਆਂ ਜਿਵੇਂ ਮੈਂ ਦੱਸਿਆ ਸਮੁੰਦਰੀ ਤੂਫਾਨ ਜਿਵੇਂ ਕਿ ਜ਼ਲਜ਼ਲਾ ਸੁਨਾਮੀ ਇਦਾਂ ਦੀ ਕੋਈ ਚੀਜ਼ ਕੋਈ ਆਫਤ ਕਿਸੇ ਸਲਾਬ ਵਗੈਰਾ ਹਾਰਡ ਵਗੈਰਾ ਆ ਜਾਣਾ ਕਿਸੇ ਮੁਲਕ ਦੇ ਵਿੱਚ ਔਰ ਮੁਲਕਾਂ ਦੇ ਇੱਕ ਖੈਰਸਗਾਲੀ ਦੇ ਲਈ ਮੁਲਕ ਦੂਜੇ ਮੁਲਕ ਨੂੰ ਏਡ ਵਗੈਰਾ ਭੇਜਦਾ ਹੈ ਉਸ ਸੂਰਤ ਦੇ ਵਿੱਚ ਮੈਡੀਕਲ ਮੈਡੀਕਲ ਦਾ ਸ਼ੋਬੇ ਵੀ ਜੋ ਐਸੇ ਵੀ ਔਰ ਇਸ ਸੂਰਤ ਦੇ ਵਿੱਚ ਇਹ ਇਹਨਾਂ ਨੂੰ ਲਿਬਰੀ ਹੋਣਗੇ ਲਿਚਨ ਦਾ ਕਮਨਤਾਰੀ ਤੋਂ ਦਰਸ਼ਕਾਂ ਨੂੰ ਪੇਵ ਰਹਾ ਸੋਨਾਂ ਲਿਬਰੀ ਦਾ ਹੁਨੀ ਰਜਿਮੇ ਦੇ ਲਿਚਨ ਕਮਨਤਾਰੀ ਲਿਚਨ ਕਮਨਤਾਰੀ ਦੇ ਲਿਬਰੀ ਹੋਣਗੇ ਇਹ ਟ੍ਰਾਂਸਪੋਰਟ ਤੋਂ ਇਨ ਅੰਬੀਐਂਟ ਦੇ ਯੂਈ ਯੂਰਪੀਅਨ ਯੂਨੀਅਨ ਟ੍ਰਾਂਸਪੋਰਟ ਕਰਦੇ ਹੋ ਇਹਦੀ ਮਰਚੀ ਕੌਣ ਤੋਂ ਕੌਣ ਕੌਨ ਤੋਂ ਆਪਣੀ ਹੋਰ ਸਮਾਨ ਕੌਣ ਤੋਂ ਆਪਣੀ ਅਕੋਰਡਿੰਗ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਤੇ ਦਰਸ਼ਕਾਂ ਨੂੰ ਪੇਵ ਰਹਾ ਹਲਦੁਰਾ ਇਹਨੇ ਵੀ ਦੁਬਾਰਾ ਆਪਣੇ ਪਾਈਨੋ ਕੁਐਸਚਨ ਕਹਿੰਦੇ ਸੁਣੋ ਲਿਬਰੀ ਲਿਬਰੀ ਆਜ਼ਾਦ ਹੋਣਗੇ ਦਾ ਉਹ ਨਹੀਂ ਦੀ ਜੀਮ ਲਿਜੈਂਸ ਕਮੇਟਰੀ ਲਿਚੇ ਕਮੇਟਰੀ ਦਬਾਲ ਆਜ਼ਾਦ ਹੋਣਗੇ ਟ੍ਰਾਂਸਪੋਰਟ ਤੋਂ ਅੰਬੀਅਨ ਦੇ ਯੂਈ ਯੂਰਪੀਅਨ ਯੂਨੀ ਟ੍ਰਾਂਸਫਰ ਕਰਦੇ ਹੋ ਇਮੇਚ ਦੀ ਕੋਨਟੋ ਪ੍ਰੋਪੀਓ ਕੋਨਟੋ ਪ੍ਰੋਪੀਓ ਜੇ ਦਾ ਸਮਾਨ ਟ੍ਰਾਂਸਪੋਰਟ ਕਰੋਗੇ ਨਾ ਤਾਂ ਉਹਦੇ ਲਈ ਲਿਜੈਂਸ ਕਮੇਟਰੀ ਲਾਗੂ ਨਹੀਂ ਹੁੰਦਾ ਵੀ ਠੀਕ ਹੈ ਉਹਦੇ ਲਈ ਹੋਰ ਚੀਜ਼ਾਂ ਨੇ ਐਸੀ ਪਿੱਛੇ ਜਿਹੀ ਪਰ ਕੇ ਆ ਚੁੱਕੇ ਹੋਏ ਆ ਇਸ ਕਰਕੇ ਇਹ ਵੀ ਦਰਸਤ ਕਹਿੰਦੇ ਵੀ ਬੇਰੋਆ ਇਹ ਸਨੋ ਲਿਬਰੀ ਦਾ ਹੁਣ ਹੀ ਰਜਿਮੇ ਦੇ ਲਿਜੈਂਸ ਕਮੰਟਰੀ ਹਰ ਕਿਸ ਸੰਦੇ ਲਿਜੈਂਸ ਕਮੰਟਰੀ ਜਜ਼ਾਦ ਹੋਣ ਗਿਆ ਇਹ ਟ੍ਰਾਂਸਪੋਰਟ ਦੇ ਐਂਬੀਐਂਟ ਯੂਈ ਯੂਰਪੀਅਨ ਐਨਰਜੀ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਇਹਦੀ ਮਰਚੀ ਕੋਨ ਕੋਨ ਤੋਂ ਤੈਰਦੀ ਕੋਨ ਤੋਂ ਤੈਰਦੀ ਰਿਕੋਰਡਿੰਗ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਸਮਾਨ ਇਹ ਰਜਿਮੇ ਦੀ ਕਾਬੋਦਾਜੀਓ ਰਜਿਮੇ ਦੀ ਕਾਬੋਦਾਜੀਓ ਦੇਖੋ ਜੀ ਕਾਬੋਦਾਜੀਓ ਜਿਹੜਾ ਹੁੰਦੇ ਨਾ ਜੇ ਤੁਸੀਂ ਟ੍ਰਾਂਸਪੋਰਟ ਕਰਨੀ ਹੈ ਨੈਸ਼ਨਲ ਲੈਵਲ ਦੇ ਉੱਤੇ ਹੁੰਦੀ ਹੈ ਠੀਕ ਹੈ ਔਰ ਜਿਸ ਮੰਨ ਲਓ ਤੁਸੀਂ ਇਟਲੀ ਦੇ ਹੋ ਨਾ ਤਾਂ ਇਟਲੀ ਦੇ ਵਿੱਚ ਨਹੀਂ ਤੁਸੀਂ ਕਰਨੀ ਕਾਪਾਤਾ ਜੀ ਉਹ ਕਾਪਾਤਾ ਜੀ ਮੰਨ ਲਓ ਤੁਸੀਂ ਮੈਂ ਸਮਾਨ ਲੈ ਕੇ ਛੱਡਣ ਗਿਆ ਇਟਲੀ ਦਾ ਸਪੇਨ ਦੇ ਵਿੱਚ ਸਪੇਨ ਦੇ ਵਿੱਚ ਅਗੂ ਮੈਨੂੰ 2 3 ਛੱਟੇ ਠੇਕੇ ਲੱਭ ਸਕਦੇ ਨੇ ਮੈਕਸੀਮਮ 3 ਕਰ ਸਕਦਾ ਮੈਂ ਨੈਸ਼ਨਲ ਲੈਵਲ ਤੇ ਦੂਜੀ ਕੰਟਰੀ ਦੀ ਯੂਰੋਪੀਅਨ ਯੂਨੀਅਨ ਦੀ ਜਿਹੜੀ ਮੈਂਬਰ ਹੋਵੇ ਹੀ ਕੰਟਰੀ ਦੂਜੀ ਉਹਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਤਿੰਨ ਕਾਪਾਤਾ ਜੀ ਮੈਂ ਕਰ ਸਕਦਾ ਲੇਕਿਨ ਉਹਦੇ ਆਪਣੇ ਡਾਕੂਮੈਂਟਸ ਹੁੰਦੇ ਨੇ ਠੀਕ ਹੈ ਕਹਿੰਦੇ ਬਈ ਸੋਨੋ ਲੀ ਬਰੀ ਦੇ ਓਨ ਰਿਜਿਮੇ ਦੇ ਲੇਜੈਂਡ ਕਮੇਟਾਰੀ ਕਹਿੰਦੇ ਕਿਸ ਕਿਸ ਕਹਿੰਦੇ ਆਜ਼ਾਦ ਹੋਵੇ ਗਿ ਲੇਜੈਂਡ ਕਮੇਟਾਰ ਦੇਖੋ ਜੀ ਲਿਜੈਂਸ ਕਮਿੰਦਾਰੀ ਨਾ ਹੋਵੇਗਾ ਤਾਂ ਅਸੀਂ ਦੂਜੇ ਮਲਕ ਵੀ ਜਾਵਾਂਗੇ ਕਿਵੇਂ ਕੀ ਕਰਨ ਜਾਵਾਂਗੇ ਉੱਥੇ ਗਲਤ ਕਰਨ ਵੇ ਲਿਜੈਂਸ ਕਮਿੰਦਾਰੀ ਇੱਥੇ ਵੀ ਚਾਹੀਦਾ ਹੋਵੇਗਾ ਤਾਂ ਹੀ ਅਸੀਂ ਦੂਜੇ ਮਲਕ ਟ੍ਰਾਂਸਪੋਰਟ ਕਰਾਂਗੇ ਸਮਾਨ ਉੱਥੇ ਜਗ੍ਹਾ ਕਬਜ਼ਾ ਜੀ ਕਰ ਸਕਾਂਗੇ ਸਰ ਕੇ ਫਾਲਸੋ ਕਬਜ਼ਾ ਜੀ ਦੇ ਬਾਰੇ ਅੱਗੇ ਅਸੀਂ ਡਿਟੇਲ ਦੇ ਨਾਲ ਇੱਕ ਵੀਡੀਓ ਤਸੱਲੀ ਦੇਣਾ ਬਣਾਵਾਂਗੇ ਸੋਨਾ ਲਿਬਰੇ ਦਾ ਉਨੀ ਰੇਜੀਮੇ ਦੀ ਲਿਜੈਂਸ ਕਮਿੰਦਾਰੀ ਹਰ ਕਿਸਮ ਦੀ ਲਿਜੈਂਸ ਕਮਿੰਦਾਰੀ ਤੁਸੀਂ ਜ਼ਾਦ ਹੋਗੇ ਇਹ ਟ੍ਰਾਂਸਪੋਰਟ ਤੋਂ ਇਨ ਅੰਬੀਅੰਤੇ ਯੂਈ ਜੇ ਜੇ ਤੁਸੀਂ ਟ੍ਰਾਂਸਫਰ ਕਰਦੇ ਹੋ ਯੂਰਪੀਅਨ ਯੂਨੀਅਨ ਦੇ ਵਿੱਚ ਦੀ ਮਰਚੀ ਪਰ ਕੋਨ ਤੋਂ ਤੈਰਜੀ ਕੋਨ ਤੋਂ ਤੈਰਜੀ ਰਿਕਾਰਡਿੰਗ ਦੇ ਕੋਨ ਤੋਂ ਤੈਰਜੀ ਦੇ ਰਿਕਾਰਡਿੰਗ ਤੁਸੀਂ ਯੂਰਪੀਅਨ ਯੂਨੀਅਨ ਵਿੱਚ ਤੁਸੀਂ ਟ੍ਰਾਂਸਪੋਰਟ ਕਰੋਗੇ ਨਾ ਤੇ ਫਿਰ ਤੁਹਾਨੂੰ ਲਾਜ਼ਮੀ ਹੈ ਕਿ ਲਾਇਸੈਂਸਿਕ ਮੰਤਰੀ ਚਾਹੀਦਾ ਹੈ ਇਸ ਕਰਕੇ ਇਹ ਫਾਲਸ ਹੋਇਆ ਜਿਹੜੇ ਜਿਨ੍ਹਾਂ ਨੂੰ ਛੂਟ ਹੈਗੀ ਉਹ ਉਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ ਜਿਹੜੇ ਕੁਐਸਚਨ ਆ ਚੁੱਕੇ ਹੋਏ ਨੇ ਠੀਕ ਹੈ ਇਸ ਕਰਕੇ ਯੂਰਪੀਅਨ ਯੂਨੀਅਨ ਵਿੱਚ ਤੁਸੀਂ ਟ੍ਰਾਂਸਪੋਰਟ ਕਰੋਗੇ ਤਾਂ ਲਾਇਸੈਂਸਿਕ ਮੰਤਰੀ ਦੇ ਪ੍ਰੋਸੈਸ ਵੀ ਹੋਣਾ ਲਾਜ਼ਮੀ ਹੈ ਫਾਲਸ ਕਨਸੋਨੋ ਲਿਬਰੀ ਉਨੀ ਰਜਿਮੇ ਦੇ ਲਿਜੈਂਸ ਗਵਨਰ ਹਰ ਕਿਸਮ ਦੇ ਲਿਜੈਂਸ ਗਵਨਰ ਦੇ ਤੁਸੀਂ ਆਜ਼ਾਦ ਹੋਗੇ ਟ੍ਰਾਂਸਪੋਰਟ ਇਨ ਅੰਬੀਐਂਟੇ ਯੂਰਬੀਨੇ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਐਡ ਐਚ ਐਸਓ ਨੇ ਕੁਆਲੀ ਐਜੈਂਟੀ ਪਰ ਮਾਸਾ ਸਵਾਏ ਉਹਨਾਂ ਦੂਜਿਆਂ ਨੂੰ ਛੂਟ ਹੈਗੀ ਹੈ ਵਜ਼ਨ ਦੀ ਵਜ੍ਹਾ ਨਾਲ ਪਰ ਪੁਰਤਾਤਾ ਜਿਹੜਾ ਉਹਨਾਂ ਸਮਾਨ ਟ੍ਰਾਂਸਪੋਰਟ ਕਰਨਾ ਹੈ ਇਹ ਪਰਟੀਕੁਲਰ ਆਰਿਟੀਪੋਲੋਜੀ ਯਰ ਖਾਸ ਕਿਸਮ ਦੀ ਕੋਈ ਕਈ ਕਿਸਮ ਦੀ ਟਾਈਪ ਦੀਆਂ ਗੱਡੀਆਂ ਨੇ ਗਲਤ ਕਿਨ ਬੀ ਫਾਲਸ ਹੋਇਆ ਜਿਹੜੇ ਹਰ ਕਿਸਮ ਦੀ ਜਨਤ ਟਾਈਪ ਦੀ ਗੱਡੀਆਂ ਨੇ ਇਸ ਉੱਤੇ ਪੜ ਚੁੱਕੇ ਆ ਠੀਕ ਹੈ ਕਨੇਪੇ ਸਾਰੀਆਂ ਕਨੇਪੇ ਕਨੇਪੇ ਸੋਨੋ ਲਿਬਰੀ ਇਨ ਉਨੀ ਰਜਿਮ ਲਿਚਨ ਕਮੇਂਤਾਰੀ ਕਨੇ ਸਾਰੀਆਂ ਇਜ਼ਾਦ ਨਹੀਂ ਗੱਡੀਆਂ ਜਿਹੜੀਆਂ ਕਿ ਹਰ ਕਿਸਮ ਦੇ ਲਿਚਨ ਕਮੇਂਤਾਰੀ ਤੇ ਹੋ ਐਚਐਸਓ ਨੇ ਸਵਾਏ ਨਾ ਗੱਡੀਆਂ ਦੇ ਜਿਨ੍ਹਾਂ ਤੋਂ ਅਜੈਂਤੀ ਜਿਨ੍ਹਾਂ ਨੂੰ ਛੂਟ ਹੈਗੀ ਵਜ਼ਨ ਦੀ ਇਹਨਾਂ ਤੋਂ ਜਿਨ੍ਹਾਂ ਨੂੰ ਛੂਟ ਹੋ ਗਈ ਉਹਨਾਂ ਤੋਂ ਤਜ਼ਾਦ ਜ਼ਹਿਰੀ ਕਲਾ ਉਹ ਤਜ਼ਾਦ ਹੋਣ ਗਿਆ ਇਹ ਉਹਨਾਂ ਨੂੰ ਸਵਾਏ ਥੋੜੀ ਹੋ ਸਕਦਾ ਹੈ ਫਾਲਸ ਹੋ ਗਿਆ ਕਨੇ ਪੁਰਤਾਤਾ ਵਜ਼ਨ ਜਿਹੜਾ ਪ੍ਰਤੀਕਲਤੀ ਪਲੀਜੀ ਦੇ ਗਲਤ ਗਿਣੇ ਪੇਸ਼ ਕਰ ਗਏ ਵੀ ਕੁਐਸਚਨ ਫਾਲਸ ਹੋਇਆ ਆਈ ਕੈਨ ਬੇ ਅ ਇਲਾ ਲੇਜੈਂਜ਼ਾ ਕੋਮੇਟਾਰੀ ਜਿਹੜਾ ਹੈ ਅਨਡਿਸੈਰੀ ਲੋਰ ਹੁੰਦੀ ਹੈ ਪਰ ਟ੍ਰਾਂਸਪੋਰਟੋ ਇੰਟਰਨੋ ਦਲਾ ਯੂਨੀਅਨ ਐਨ ਐਵਰੋਪਾ ਟ੍ਰਾਂਸਪੋਰਟ ਕਰਨ ਲਈ ਯੂਰੋਪੀਅਨ ਯੂਨੀਅਨ ਦੇ ਵਿੱਚ ਚਾਹੀਦਾ ਹੁੰਦਾ ਹੈ ਦੇ ਮਰਚੈਂਡਾਈਜ਼ ਸਮਾਨ ਨੂੰ ਪਰ ਕੋਨ ਤੋਂ ਤਰਜੀ ਕੋਨ ਤੋਂ ਤਰਜੀ ਅਕੋਰਡਿੰਗ ਜ਼ਹਰੀ ਗੱਲ ਕੋਨ ਤੋਂ ਤਰਜੀ ਅਕੋਰਡਿੰਗ ਯੂਰੋਪੀਅਨ ਯੂਨੀਅਨ ਦੇ ਵਿੱਚ ਟ੍ਰਾਂਸਪੋਰਟ ਕਰਨ ਲਈ ਸਮਾਨ ਨੂੰ ਚਾਹੀਦਾ ਹੁੰਦਾ ਹੈ ਠੀਕ ਹੈ ਜਿੰਨ ਗੁਮਿੰਦਾਰੀ ਆ ਅਵਾਂਦੀ ਮਾਸਾ ਕੰਪਲੈਸਿਵਾ 300 ਤੋਂ 600 ਲੱਤੇ ਜਿਹਦਾ ਵਜ਼ਨ 6 ਟਨ ਤੋਂ ਮਾਸਾ ਕੰਪਲੈਸਿਵਾ ਯਾਨੀ ਕਿ ਕੰਪਲੀਟ ਗੱਡੀ ਦਾ ਵਜ਼ਨ ਗੱਡੀ ਪਲੱਸ ਮਾਲ ਦਾ ਵਜ਼ਨ ਟੋਟਲ ਜਿਹੜਾ 6 ਟਨ ਤੋਂ ਉੱਤੇ ਹੋਣਾ ਚਾਹੀਦਾ ਹੈ ਤੇ ਪੋਰਟਾਤਾ ਹੋltre 300 ਰਨ ਹੋਰ ਪੋਰਟਾਤਾ ਜਿਹੜਾ ਹੋltre 300 ਰਨ ਯਾਨੀ ਕਿ ਸਮਾਨ ਜਿਹੜਾ ਲੱਦ ਕੇ ਲੈ ਕੇ ਜਾਣਾ ਉਹ 300 ਟਨ ਤੋਂ ਉੱਤੇ ਹੋ ਟੋਟਲ ਕੰਪਲੀਟ 6 ਟਨ ਤੋਂ ਉੱਤੇ ਹੋਣਾ ਚਾਹੀਦਾ ਦਰੋਸ ਕਿੰਨੀ ਵੀ ਹੋ ਰਾਇਆ ਕੰਟੋ ਟਰਜੀ ਜੀ ਹੁੰਦੀ ਹੈ 6 ਟਨ 6 ਟਨ ਤੋਂ ਉੱਤੇ ਕੰਪਲੀਟ ਮਾਸਾ ਕੰਪਲੈਸਿਵਾ ਹੋਰ ਪੋਰਟਾਤਾ ਉੱਤੇ ਸੁਪਰੀਰ 30 ਵੇਰੋ ਉਹਦੇ ਲਈ ਲਚੰਮਤਾਰੀ لازਮੀ ਚਾਹੀਦੀ ਹੈ ਕਿਨਹੇ ਪੇ ਲਚੰਮਤਾਰੀ ਨੈਸਾਰੀ ਲਚੰਮਤਾਰੀ ਦੀ ਲੋਡ ਹੁੰਦੀ ਚਾਹੀਦਾ ਹੁੰਦਾ ਹੈ ਪਰ ਟ੍ਰਾਂਸਪੋਰਟ ਤੋਂ ਅਲਾ ਇੰਟਰਨਾ ਦੇਲਾ ਯੂਨੀਅਨ ਯੂਰੋਪਾ ਯੂਨੀਅਨ ਦੇ ਵੀ ਟ੍ਰਾਂਸਪੋਰਟ ਕਰਨੀ ਦੀ ਮਰਚੀ ਸਮਾਨ ਨੂੰ ਇਨਕੋਂ ਤੋਂ ਪ੍ਰੋਪੀ ਕੋਂ ਤੋਂ ਪ੍ਰੋਪੀ ਰੈਡ ਗਲਤ ਕਿੰਨ ਪਵਾਲਸੋਆ ਕੋਂ ਤੋਂ ਪ੍ਰੋਪੀ ਦੇ ਤੈ ਟ੍ਰਾਂਸਪੋਰਟ ਕਰਨੀ ਚਾਹੀਦਾ ਹੁੰਦਾ ਠੀਕ ਹੈ ਸਰਕੇ ਫਾਲਸੋ ਕਿਉਂਕਿ ਕੋਂ ਤੋਂ ਤੈ ਅਜ਼ੀ ਲਈ ਚਾਹੀਦਾ ਹੁੰਦਾ ਹੈ ਲੇਜੈਂਡਾ ਕਮੇਂਟਾਰੀ ਜਿਹੜਾ ਸਾਰੀ ਲੋਡ ਹੁੰਦੀ ਹੈ ਪਰ ਟ੍ਰਾਂਸਪੋਰਟ ਔਰ ਲੈਂਟੀਰਨਾ ਡੈਲਾ ਯੂਨੀਓਨ ਯੂਰੋਪਾ ਯੋਰਬੀਨੀ ਟ੍ਰਾਂਸਪੋਰਟ ਕਰ ਲਈ ਜਾਈ ਦੋਂਦਾ ਦੀ ਮੈਡੀਸਿਨਾਲੇ ਪਰ ਕੋਨਟੋ ਤੇਰਜੀ ਜਿਹੜੀ ਮੈਡੀਸਿਨ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਕੁੰਤ ਤੇਜ਼ੀ ਅਕੋਰਡਿੰਗ ਦੇਖੋ ਜੀ ਮੈਡੀਸਿਨ ਲਈ ਤੇ ਛੂਟ ਹੈ ਨਾ ਮੈਡੀਸਿਨ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਤੇ ਇਸ ਲਈ ਛੂਟ ਹੈ ਇਸ ਕਰਕੇ ਫਾਲਸ ਹੋ ਲੇਜੈਂਡਾ ਕਮੇਂਟਾਰੀ ਨੇ ਸਾਰੀ ਲੇਜੈਂਡਾ ਕਮੇਂਟਾਰੀ ਦੀ ਲੋਡ ਹੁੰਦੀ ਹੈ ਪਰ ਟ੍ਰਾਂਸਪੋਰਟ ਔਰ ਇੰਟੀਰਨਾ ਡੈਲਾ ਯੂਨੀਓਨ ਯੂਰੋਪਾ ਯੋਰਬੀਨੀ ਟ੍ਰਾਂਸਪੋਰ Di effetti postali poste di girare a mano del ambiente di UE European Union di vece Torapanegani leggi in commentari di re. Transporto della interna della Union Europa, Transport con European Union di vece. ਦੀ ਐਫਐਟੀ ਬੋਸਟਾਲੀ ਪੋਸਟ ਐਫਐਟੀ ਬੋਸਟਾਲੀ ਦੇ ਲਈ ਦੀ ਉਹਨਾਂ ਰਜਾਈਮੇ ਪਬਲਿਕ ਸਰਵਿਸੋ ਕਹਿੰਨੇ ਇੱਕ ਪਬਲਿਕ ਸਰਵਿਸ ਦੇ ਲਈ ਪੋਸਟਾ ਪੋਸਟ ਆਫਿਸ ਜਿਹੜੀ ਐਕਟੀਵਿਟੀਜ਼ ਜਿਹੜੇ ਨਾ ਪੋਸਟਾਲੇ ਦੀਆਂ ਟ੍ਰਾਂਸਪੋਰਟੀ ਪੋਸਟਾਲੀ ਜਿਹੜੀ ਹੈ ਕਹਿੰਨੇ ਉਹਦੇ ਲਈ ਕਹਿੰਦੇ ਨੇ ਪਹਿਲੇ ਚੰਦਾ ਕਮੰਡਾਰੀ ਚਾਹੀਦਾ ਹੋਵੇਗਾ ਗਲਤ ਕਹਿੰਨੇ ਫਾਲਸ ਹੋਇਆ ਇਹਨਾਂ ਨੂੰ ਤਾਂ ਛੂਟ ਹੈਗੀ ਹੈ ਇਹ ਤੇ ਲੇਬਰੋ ਨੇ ਇਸ ਕਰਕੇ ਫਾਲਸ ਹੋਇਆ ਹੈ ਕਹਿੰਨੇ ਬੇ ਲਿਚੰਦਾ ਕਮੰਡਾਰੀ ਨੋਨ ਨੈਸਾਰੀਓ ਜਿੰਨੇ ਗੋਬਰਾਈਡਾਰੀ ਦੀ ਨੀ ਲੋਡ ਹੁੰਦੀ ਨੈਲਾ ਕਾਜ਼ੋ ਦੀ ਟ੍ਰਾਂਸਪੋਰਟ ਉਹ ਇਨਕੇ ਜੇ ਟ੍ਰਾਂਸਪੋਰਟ ਕਰਦੇ ਹੋ ਪੋਸਟਾਲੀ ਨੈਨ ਨੈਲਾ ਕਾਜ਼ੋ ਦੀ ਟ੍ਰਾਂਸਪੋਰਟ ਪੋਸਟਾਲੀ ਇਹ ਪੋਸਟੇ ਪੋਸਟਾਲੀ ਟ੍ਰਾਂਸਪੋਰਟ ਕਰਦੇ ਹੋ ਤਾਂ ਕਹਨੇ ਵੀ ਦੀ ਲੋਡ ਨਹੀਂ ਹੁੰਦੀ ਦਰੁਸਕਨ ਵੀ ਵੇਰਾ ਟ੍ਰਾਂਸਪੋਰਟ ਪੋਸਟਾਲੀ ਵਿੱਚ ਲੋਡ ਨਹੀਂ ਹੈ ਵੀ ਜਿੰਨੇ ਗੋਮਦਾਰੀ ਨੋਨ ਨੈਚਾਰੀ ਨੀ ਲੋਡ ਹੁੰਦੀ ਨੈਲਾ ਕਾਜ਼ੋ ਟ੍ਰਾਂਸਪੋਰਟ ਦੀ ਵੀ ਗੋਲੀ ਦਨਿਆਤੀ ਹੋ ਰਹੀ ਪਰਾਤੀ ਜੇ ਤੁਸੀਂ ਟ੍ਰਾਂਸਪੋਰਟ ਕਰੋਗੇ ਵੀ ਗੋਲੀ ਦਨਿਆਤੀ ਹੋ ਰਹੀ ਪਰਾਤੀ ਦਰੁਸਕਨ ਵੀ ਵੇਰਾ ਵਿ ਕੋਲੀ ਦਾ ਨੀਅਤੀ ਦੀ ਪੇਰਾਤੀ ਦੇ ਲਈ ਵੀ ਲੋੜ ਨਹੀਂ ਹੁੰਦੀ ਵੇਰੋ ਕਿੰਨੇ ਪਰ ਲਲੀਚੰਦ ਦਾ ਕਮੈਂਟ ਆ ਰਿਹਾ ਹੈ ਨੌਨ ਨੈਸਰੀ ਨਹੀਂ ਲੋੜ ਹੁੰਦੀ ਨੈਲਾ ਕਾਜ਼ੋ ਦੀ ਟਰਾਂਸਪੋਰਟ ਦੀ ਮੈਡੀਕੀਨਾਲੇ ਜੇ ਮੈਡੀਸਨ ਦੇ ਮੈਡੀਕਲ ਦੇ ਸ਼ੋਭੇ ਦੇ ਵਿੱਚ ਟਰਾਂਸਪੋਰਟ ਕਰਦੇ ਚੀਜ਼ਾਂ ਤੇ ਉਹਦੇ ਲਈ ਵੀ ਲੋੜ ਨਹੀਂ ਹੁੰਦੀ ਮੈਡੀਸਨ ਵਗੈਰਾ ਇਹ ਉਹ ਟਰਾਂਸਫਰ ਕਰੋਗੇ ਤਾਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਨਹੀਂ ਲੋੜ ਹੁੰਦੀ ਵੇਰ ਹੋਇਆ la licenza documentari non anecaria licenza ko mizari di ni load hai nalacado di transport di emergi in cage transport karde saman qun atvicoli in qui peso totale a carico autorizzato in cage ath hai jada wazan total hai ga e compresso equal e remorque remorque d'ismet non supera sei tone lade je the tando vadda ni hai te ਸਮਾਨ ਹੀ ਗੱਲੇ ਹਨ ਵਜ਼ਨ ਜਿਹੜਾ ਹੈ ਮਾਸਾਂ ਕੋਲ ਸਿਵਾ ਜਿਹੜਾ ਉਹ 6 ਟਨ ਤੋਂ ਵੱਧ ਨਹੀਂ ਹੈ ਉਹ ਕਵੀ ਕਾਰੀ ਕੋ ਉਤੀਲਾ ਤੇ ਜ਼ਿਆਦਾ ਔਰ ਜਿਹੜਾ ਕਾਰੀ ਕੋ ਉਤੀਲਾ ਹੈ ਜਿਹੜਾ ਕੱਲਾ ਲੱਦ ਕੇ ਖੜਨਾ ਸਮਾਨ ਕੰਪਰੈਸਰ ਕੋ ਵਾਲੇ ਰਮੋਰ ਕਿ ਰਮੋਰ ਕਿ ਤੋਂ ਸਮੇਤ ਰਮੋਰ ਕਿ ਮਿਲਾ ਕੇ ਅਨਨੋਨ ਸੁਪਰਾ 83 ਟਨ ਜੇ 83 ਟਨ ਤੋਂ ਨਾ ਵਧੇਗਾ ਤੇ ਕੀ ਹੋ ਜਾਏਗਾ ਅਸੈਂਸੈਂਟ ਹੋ ਜਾਣਗੀ ਯਾਨੀ ਛੂਟ ਹੋ ਜਾਏਗੀ ਇਹ ਵੀ ਆਜ਼ਾਦ ਹੋ ਜਾਣਗੀਆਂ ਇਹਨਾਂ ਗੱਡੀਆਂ ਦੇ ਵਿੱਚ ਤੇ ਲਾਜ਼ਮੀ ਨਹੀਂ ਹੈ ਲੈ ਚੰਦਾ ਕਮਿੰਦਾਰੀ ਇਸਾਂ ਗੋਮੇਦਾਰੀ ਨੋਨ ਨੈਸਾਰੀ ਨਹੀਂ ਲੋੜ ਪਵੇਗੀ ਵੇਰ ਹੋਇਆ ਕਿਉਂਕਿ ਸੁਪਰੀਅਰ ਸ਼ੇਟਾਂ ਨੂੰ ਵੇਗੀ ਮਾਸਕਾਂ ਵਲਸੀਵਾ ਔਰ ਪ੍ਰੋਤਾਤਾ ਉਤਲੇ ਸਾਫ ਪ੍ਰੀਅਰ ਸੜਦਰਾ ਤੋਂ ਵੇਗਾ ਤਾਂ ਲੋੜ ਪਵੇਗੀ ਵੇਰ ਹੋਇਆ ਲਲੀ ਚੰਦ ਦੇ ਕਮੈਂਟਰੀ ਜਿਹੜਾ ਹੈ ਨੋਨ ਨੈਸਾਰੀ ਨਹੀਂ ਲੋੜ ਹੈ ਨਲਾਕਾਜ਼ੂ ਦੀ ਟ੍ਰਾਂਸਪੋਰਟ ਦੀ ਐਨੀਮਲੀ ਕਹਿੰਦੇ ਜੇ ਟ੍ਰਾਂਸਪੋਰਟ ਕਰਦੇ ਜਾਨਵਰ ਦਾ ਹੈ ਜਾਨਵਰ ਟ੍ਰਾਂਸਪੋਰਟ ਕਰਦੇ ਹੋ ਨਾ ਉਹਦੇ ਨਾਲ ਤਾਂ ਹੋਰ ਬੜੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਜਿਹੜੇ ਅਸੀਂ 17 ਨੰਬਰ ਚੈਪਟਰ ਵੀ ਪੜਨੇ ਨੇ ਡਿਟੇਲ ਦੇ ਨਾਲ ਇਸ ਕਰਕੇ ਇਹ ਗਲਤ ਕਿੰਨੇ ਬੇਫਾਲ ਸੋਇਆ ਲਚੰਦ ਕੋ ਮਦਾਰਿ ਚਾਹੀਦਾ ਲਚੰਦ ਕੋ ਮਦਾਰਿ ਪਲਸ 4 ਵੀ ਚੀਜ਼ਾਂ ਤੁਹਾਨੂੰ ਦੱਸਾਂਗੇ ਇਸ ਕਰਕੇ ਕੁਐਸਚਨ ਇਹ ਫਾਲਸ ਹੋ ਰਿਹਾ ਹੈ ਲਚੰਦ ਕੋ ਮਦਾਰਿ ਜਿਹੜਾ ਨਾ ਨਾ ਚਰਨੀ ਲੋੜ ਹੈ ਨਲਕਾਜ਼ੂ ਦੀ ਟ੍ਰਾਂਸਲੋਕੀ ਜੀਨ ਕੇ ਜੇ ਤੁਸੀਂ ਟ੍ਰਾਂਸਲੋਕੋ ਕਰਦੇ ਹੋ ਟ੍ਰਾਂਸਲੋਕੀ ਹੁੰਦੇ ਆ ਜਿਹੜੀਆਂ ਕਿ ਸਮਾਨ ਟ੍ਰਾਂਸਪੋਰਟ ਕਰਦੀਆਂ ਨੇ ਯਾਨੀ ਕਿ ਮੰਨ ਲਓ ਘਾਰਾਂ ਸ਼ਾਰਾਂ ਦਾ ਟ੍ਰਾਂਸਪੋਰਟ ਕਰਦੀਆਂ ਨੇ ਸਮਾਨ ਦੂਜੇ ਏਰੀਆ ਵੀ ਦੂਜੀ ਜਗ੍ਹਾ ਤੇ ਹ ਟ੍ਰਾਂਸਲੋਕੀ ਮੈਂ ਵੀ ਹੁਣ ਟ੍ਰਾਂਸਲੋਕੋ ਲਈ ਮੰਗਾਂਦਾ ਮੈਂ ਵੀ ਮਕਾਨ ਚੇਂਜ ਕਰਨਾ ਕਰਾਇਆ ਤੇ ਤੇ ਮੈਂ ਕੀ ਕਹਾਂਗਾ ਤਰਾਂਸਲੋ ਕੋ ਜਿਹੜਾ ਕਰਦੇ ਨੇ ਉਹਨਾਂ ਨੂੰ ਕੋ ਬਕਾਲ ਕਰਾਂ ਕੋ ਆਉਣਗੇ ਸਮਾਨ ਮੇਰਾ ਲਾ ਕੇ ਦੂਜੇ ਘਰ ਚਾੜ ਕੇ ਤੇ ਛੱਡ ਕੇ ਆ ਜਾਣਗੇ ਠੀਕ ਹੈ ਤੇ ਕਹਿੰਦੇ ਉਹਨਾਂ ਲਈ ਲੋਡ ਹੈਵੀ ਕਿਉਂ ਨਹੀਂ ਲੋਡ ਹੈਵੀ ਜੇ ਕੋਈ ਤਰਾਂਸਲੋ ਕੋਈ ਜੇ ਕੋਈ ਕਰਦਾ ਹੈ ਤੇ ਉਹਦੇ ਲਈ ਯਾਨੀ ਕਿ ਯੂਰਪ ਤੋਂ ਵੀ ਬੰਦੇ ਦੂਜੀਆਂ ਕੰਟਰੀਆਂ ਵਿੱਚ ਜਾ ਕੇ ਮੂਵ ਹੁੰਦੇ ਨੇ ਜਿੱਕੇ ਸੈਟਿੰਗ ਕਰਦੇ ਨੇ ਲੇਕਿਨ ਸਮਾਨ ਵੀ ਨਾਲ ਲੈ ਜਾਂਦੇ ਨੇ ਆਪਣਾ ਤੇ ਤਰਾਂਸਲੋ ਕੋ ਕਰਦੇ ਨੇ ਇਸ ਕਰਕੇ ਹੈ ਅ ਲਿਜੈਂਡਰ ਕਮੇਂਡਰੀ ਤੇ ਦੱਸ ਰਿਹਾ ਹੀ ਦੇਣਾ ਫੇਰ ਵੀ ਇਸ ਕਰਕੇ ਕਹਿੰਦੇ ਨੋਨ ਐਚਆਰ ਯਾ ਇਹਨਾਂ ਲਕਾਜ਼ੋ ਦੀ ਤਰ੍ਹਾਂ ਲੋਕੀ ਇਨਕੇ ਜਿ ਤਰ੍ਹਾਂ ਸਲੋਕੀ ਕਰਦੇ ਤੇ ਨਹੀਂ ਚਾਹੀਦਾ ਹੈ ਫਾਲਸੋ ਲਿਜੈਂਡਰ ਕਮੇਂਡਰੀ ਨੋਨ ਐਚਆਰ ਇਹ ਲਿਜੈਂਡਰ ਨੂੰ ਨਹੀਂ ਲੋੜ ਹੈ ਦੀ ਟ੍ਰਾਂਸਪੋਰਟ ਤੋਂ ਪਰਸੋਂ ਇਹ ਬੰਦੇ ਟ੍ਰਾਂਸਪੋਰਟ ਕਰਦੇ ਹੋ ਗਲਤ ਕਿ ਨਹੀਂ ਫਾਲਸੋ ਆ ਬੰਦੇ ਟ੍ਰਾਂਸਪੋਰਟ ਕਰੋ ਸਮਾਨ ਟ੍ਰਾਂਸਪੋਰਟ ਕਰੋ ਲਿਜੈਂਡਰ ਕਮੇਂਡਰੀ ਜਦ ਯੂਰਪੀਅਨ ਯੂਨੀਅਨ ਦੇ ਵਿੱਚ ਕਾਰੋਬਾਰ ਕਰੋਗੇ ਗੱਡੀ ਵਾਹੇ ਵੀ ਲੈ ਕੇ ਜਾਓਗੇ ਤੇ ਜ਼ਿਆਦੀ ਗੱਲ ਚਾਹੀਦਾ ਹੋਵੇਗਾ ਇਸ ਕਰਕੇ ਫਾਲਸੋ E il trasporto internazionale, il livello internazionale di, di trasporto di cose per conto, tesi, conto tesi, di cose di cose di cose di europeo, di cose di cose di in di cose di cose di cose di per di cose di trasporto di cose di cose di 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 cose di cose ਲਿਚੰਜ਼ਾ ਕਮੈਂਟਰੀ ਚਾਹੀਦਾ ਹੋਵੇਗਾ ਦੂਜਿਆਂ ਦੇ ਲਈ ਕਿਹਨੇ ਟਰਾਂਸਪੋਰਟ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਟਰਾਂਸਪੋਰਟ ਕਰਦੇ ਹੋ ਯੂਰਪੀਅਨ ਯੂਨੀਅਨ ਵਿੱਚ ਵੀ ਇੰਟਰਨੈਸ਼ਨਲ ਲੈਵਲ ਹੁੰਦਾ ਨਾ ਦੀ ਕੋਜ਼ੇ ਕੋਨਟੋ ਕੋਨਟੋ ਤੇਜ਼ੀ ਕੋਨਟੋ ਤੇਜ਼ੀ ਦੇ ਅਕੋਰਡਿੰਗ ਤੁਸੀਂ ਜਿਦਾ ਟਰਾਂਸਪੋਰਟ ਕਰਦੇ ਹੋ ਇਨ ਅੰਬਿਆ ਤੇ ਯੂ ਯੂਰਪੀਅਨ ਯੂਨੀਅਨ ਦੇ ਵਿੱਚ ਲੀਬਰਲਾਈਜ਼ਾਤੀ ਤੁਸੀਂ ਆਜ਼ਾਦ ਹੋਵੋਗੇ ਠੀਕ ਹੈ ਆਜ਼ਾਦੀ ਨਾਲ ਤੁਸੀਂ ਇੰਪੋਰਟ ਐਕਸਪੋਰਟ ਕਰ ਸਕੋਗੇ ਸਮਾਨ ਪਰ ਅਲਗੋਨੇ ਟਿਪੋਲੋਜੀ ਦੀ ਟਰਾਂਸਪੋਰਟ ਕੁਝ ਹਾਸ ਕਿਸਮ ਦੇ ਟਾਈਪ ਦੀ ਸਮਾਨ ਟਰਾਂਸਪੋਰਟ ਕਰ ਸਕਦੇ ਹੋ ਆਜ਼ਾਦੀ ਦੇ ਸਜੇਤੋ ਸੋਲੋ ਪ੍ਰੋਸੈਸ ਦੇ ਲਈ ਚੰਦਾ ਕਮੈਂਟਾਰੀ ਪਰ ਲੈ ਆਲਤਰੇ ਔਰ ਦੂਜਿਆਂ ਦੇ ਲਈ ਸਿਰਫ ਲੈ ਚੰਦਾ ਕਮੈਂਟਾਰੀ ਚਾਹੀਦਾ ਹੈ ਕੋਈ ਤਾਂ ਸਮਾਨ ਲਈ ਤੁਹਾਨੂੰ ਆਜ਼ਾਦੀ ਹੈ ਜਿਹੜਾ ਕਿ ਟਰਾਂਸਪੋਰਟ ਤੋਂ ਪਸਤਾ ਲਈ ਹੈ ਜਿਵੇਂ ਕਿ ਦਾ ਵੀ ਕੋਈ ਦਾ ਨਿਗਿਆ ਤੀ ਪੈਰਾ ਤੀ ਜਾਂ ਫਿਰ ਸਪਰੇਅ ਸੜ ਤੇ ਜਿਹੜੀਆਂ ਗੱਡੀਆਂ ਨਾਲ ਹੋਣ ਜਿਨਕੇ ਮਾਸਾ ਜਿਹੜਾ ਜਿਹੜਾ ਗੱਡੀਆਂ ਦਾ ਛੂਟ ਹੁੰਦੀ ਹੈ ਨਾ ਟਰਾਂਸਪੋਰਟ ਤੋਂ ਦੀ ਮਾਸਾ ਕੰਪਲੈਕਸੀ ਵਾਲਾ ਨੋਨ ਸੁਪਰੀਅਰ ਜਿਨਕੇ ਸਾਡੇ ਤਿੰਨ ਲੰਦੂ ਤੇ ਵਾਲੀ ਗੱਡੀਆਂ ਨਹੀਂ ਉਹਨਾਂ ਨੂੰ ਵੀ ਛੂਟ ਹੁੰਦੀ ਹੈ ਮੈਡੀਸਨ ਦੀਆਂ ਗੜੀਆਂ ਨੂੰ ਔਰ ਕੋਨਟੋ ਪ੍ਰੋਪੀਓ ਨੂੰ ਠੀਕ ਹੈ ਇਹਨਾਂ ਦੇ ਲਈ ਛੂਟ ਹੈਗੀ ਹੈ ਔਰ ਦੂਜਿਆਂ ਦੇ ਲਈ ਲਿਚਨ ਦਾ ਕਮੇਦਾਰੀ ਹੋਣਾ ਚਾਹੀਦਾ ਪ੍ਰੋਸੈਸ ਵਿੱਚ ਦਰੁਸ ਕਿੰਨੇ ਪੇਵਰ ਹੋਇਆ ਹੈ ਕੁਐਸਚਨ ਹੈ ਵੀ ਟਰਾਂਸਪੋਰਟ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਟਰਾਂਸਪੋਰਟ ਕਰਦੇ ਹੋ ਕਿਤਾ ਜੀ ਕੋਧ ਦੀ ਕੋਨਟੋ ਪ੍ਰੋਪੀਓ ਸੋਰੀ ਕੋਨਟੋ ਤਰਜੀ ਦੇ ਕੋਰਡਿੰਗ ਤੁਸੀਂ ਟਰਾਂਸਪੋਰਟ ਕਰਦੇ ਹੋ ਅੰਬੀਅਨ ਦੇ ਯੂ ਯੂ ਯੂਨੀ ਵਿਦ ਟਰਾਂਸਪੋਰਟ ਕਰਦੇ ਹੋ ਤੁਸੀਂ ਉਤਾਲੇ ਮੈਂਦਲੇ ਵਿਰਾਜਾ ਤਾਂ ਟੋਟਲੀ ਕਹਿੰਦੇ ਨੇ ਬੇ ਫ੍ਰੀ ਹੋਵੇਗਾ ਟੋਟਲੀ ਫ੍ਰੀ ਤਾਂ ਨਹੀਂ ਹੋਵੇਗਾ ਸਿੱਧੇ ਅਗਲੇ ਕੁਐਸਚਨ ਵੀ ਦੇਖ ਆਇਆ ਕਹਿੰਦੇ ਨੋਨ ਅਕੂਰਲ ਕੋਨ ਦਾ ਡਾਕੂਮੈਂਟ ਦੀ ਐਜ਼ਰਚੀਤਾਰ ਲੋ ਕੋਈ ਵੀ ਡਾਕੂਮੈਂਟ ਨਹੀਂ ਚਾਹੀਦਾ ਹੈ ਵੀ ਦੇਖੋ ਜੀ ਡਾਕੂਮੈਂਟ ਤਾਂ ਸਾਨੂੰ ਚਾਹੀਦਾ ਹੈ ਜੇ ਕੁਝ ਟਾਈਪ ਦੇ ਹੈਗੀ ਛੂਟ ਸਮਾਨ ਨੂੰ ਲੇਕਿਨ ਜਿਹੜਾ ਬਾਕੀ ਦੂਜੇ ਟਾਈਪ ਦੇ ਜਿਹੜੇ ਛੂਟ ਤੋਂ ਲਾਭ ਹੈ ਉਹਨਾਂ ਲਈ ਲਾਇਸੈਂਸ ਕਮੰਦਾਰੀ ਚਾਹੀਦਾ ਹੁੰਦਾ ਇਸ ਕਰਕੇ ਕੁਐਸਚਨ ਹੈ ਫਾਲਸ ਹੋ

ਔਰ ਬੀ ਲਤਰਾ ਲੇ ਪਰ ਲੇ ਅਲਤਰੇ ਔਰ ਦੂਜਿਆਂ ਲਈ ਬੀ ਲਤਰਾ ਲੇ ਹੋਣੇ ਚਾਹੀਦੇ ਦੇਖੋ ਜੀ ਕੁਝ ਟਾਈਪ ਲੈਣ ਦੀ ਛੂਟ ਹੈ ਸਾਨੂੰ ਪਤਾ ਹੈ ਦੂਜਿਆਂ ਲਈ ਬੀ ਲਤਰਾ ਲੇ ਹੈ ਨਹੀਂ ਬੀ ਲਤਰਾ ਲੇ ਨਹੀਂ ਹੈ ਦੂਜਿਆਂ ਦੇ ਲਈ ਲਿਚੈਂਜ਼ਾ ਕਮੈਂਟਾਰੀ ਦੇ ਪ੍ਰੋਸੈਸ ਵਿੱਚ ਹੋਣਾ ਜ਼ਰੂਰੀ ਹੈ ਇਸ ਕਰਕੇ ਵੀ ਕੁਐਸਚਨ ਗਲਤ ਕਰਨ ਤੇ ਫਾਲਸ ਹੋਇਆ ਠੀਕ ਹੈ ਜੀ ਲੋ ਜੀ ਬਹੁਤ ਹੀ ਆਸਾਨ ਹੈ ਬਹੁਤ ਈਜ਼ੀ ਹੈ ਔਰ ਜੇ ਵਧੀਆ ਲੱਗੇ ਵੀਡੀਓ ਸ਼ੇਅਰ ਕਰੋ ਕਮਸ ਕਮ ਉਹਨਾਂ ਬੰਦਿਆਂ ਨੇ ਜ਼ਰੂਰ ਸ਼ੇਅਰ ਕਰਨੇ ਜਿਹੜੇ ਕਹਿੰਦੇ ਨੇ ਕਿ ਜੀ ਕੁਝ ਜੀ ਬੜਾ ਹੀ ਮੁਸ਼ਕਲ ਹੈ ਹੋਰ ਚੀਕੂ ਜੀ ਤੁਹਾਡੇ ਨਾਲ ਤੁਹਾਡੇ ਲਈ ਆਸਾਨ ਕਰ ਦੇਣਾ ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਤਦ ਤੱਕ ਲਈ ਚਾਹਦੇ ਹੋ ਫੀਮਾਨ ਲਾ